सिद्ध बोलन शुभ बचन तन नानक तेरी बड़ी कमाई तेरी बड़ी कमाई तेरी बड़ी कमाई आपे सुखम आपे असथूला लखी न जाई नानक लीला तेरी वड्डी कमाई तेरी वड्डी कमाई भया आनंद जगत विच कल तारण गुरु नानक आया अगली पंक्ति कितें नहीं लभदी हिंदू मुसलमान वाया तेरी वड्डी कमाई हिंदू मुसलमान वाया तेरी वड्डी कमाई पूरा गुर अख्यो जांका मंत्र पूरा गुर अख्यो जांका मंत्र अमृत दृष्ट पेखे हुए संत गुरु नानक जिहदे वल वेख लवे उहनू संत बना दे अमृत दृष्ट पेखे हुए संत तेरी वड्डी कमाई तेरी तेरी वड्डी कमाई धन धन गुर नानक ਧੰਨ ਧੰਨ ਗੁਰ ਨਾਨਕ ਧੰਨ ਧੰਨ ਗੁਰ ਨਾਨਕ ਧੰਨ ਧੰਨ ਗੁਰ ਬੋਲੋ ਜੀ ਧੰਨ ਗੁਰ ਨਾਨਕ ਜਨ ਕੇਰਾ ਕੇਰਾ ਜਿਤ ਮਿਲੀਏ ਚੂਕੇ ਸਭ ਸੋਗ ਸੰਤ ਪੈ ਧੰਨ ਧੰਨ ਗੁਰੂ ਨਾਨਕ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰ ਨਾਨਕ ਜਨ ਕੇਰਾ ਜਨ ਕੇਰਾ ਜਨ ਕੇਰਾ ਜਿਤ ਮਿਲੀਏ
सारे दर्शन पाया हुण की पता उस वेले जदों गुरु नानक साहब शरीर करके आए है हो सकदा तुहाडे चों वी कोई उस वेले होवे आखो सतनाम श्री वाहिगुरु तारिया जहान ਤੁਸੀਂ ਤਾਰਿਆ ਜਾਂ ਲਿਆ ਵੀ ਮਾਨ ਸਭ ਦੀ ਮੈਂ ਉਤਾਰੀ ਜਿੰਨੀ ਦਰਸ਼ਨ ਪਾਇਆ ਪਰ ਜਿਹੜੀ ਅਗਲੀ ਪੰਕਤੀ ਅਸੀਂ ਉਹਦੇ ਵਿੱਚ ਆ ਸਕਦੇ ਹਾਂ ਉਦੋਂ ਸਾਂ ਕਿ ਨਹੀਂ ਪਰ ਮਹਾਰਾਜ ਕਹਿੰਦੇ ਇਸ ਵੇਲੇ ਜਿਹੜਾ ਗੁਰੂ ਨਾਨਕ ਨੂੰ ਧੰਨ ਵੀ ਕਹਿ ਲਏਗਾ ਜਮ ਉਹਦੇ ਵੀ ਨੇੜ ਨਹੀਂ ਆਉਣਗੇ ਤਾਰਿਆਂ ਜਖਾਨ ਲਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧਨੋਂ ਧਨ ਕਹਿਆ ਤਿੰਨ ਜਮ ਨੇ ਧਨ ਧਨ ਗੁਰੂ ਨਾਨਕ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ
ਸਤਿਗੁਰ ਬੈਠਾ ਦੇ ਪਿਆਰ ਵਿੱਚ ਭਿੱਜ ਕੇ ਆਖੋ ਸਤਨਾਮ ਸਾਡੇ 500 ਸਾਲਾ ਆਗਮਨ ਦਿਹਾੜਾ ਹਰ ਇੱਕ ਸਰੀਰ ਆਪਣੇ ਆਪਣੇ ਲੈਵਲ 'ਤੇ ਮਨਾ ਰਹੇ ਆ ਫੁਲਵਾੜੀ ਵੀ ਜਿੰਨੀ ਕੁ ਹਿੰਮਤ ਪ੍ਰਬੰਧਕਾਂ ਨੂੰ ਪਿਤਾ ਜੀ ਨੇ ਦਿੱਤੀ ਹੈ ਇਹ ਵੀ ਹਾਜ਼ਰੀਆਂ ਪਰ ਹਰ ਕੋਈ ਲੱਗਾ
ਕੱਲ ਸੁਲਤਾਨਪੁਰ ਲੋਧੀ ਸਾਂ ਗੁਰੂ ਨਾਨਕ ਸਟੇਡੀਅਮ ਵੱਡਾ ਪੰਡਾਲ ਉਹਨਾਂ ਨੇ ਸ਼੍ਰੋਮਣੀ ਕਮੇਟੀ ਉੱਥੇ ਹਾਜ਼ਰੀ ਸੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਸਭ ਪਾਸੇ ਸੰਗਤ ਹੀ ਸੰਗਤ ਐਂ ਹੀ ਲੱਗਦਾ ਪਿਆ ਵੀ ਜਿਵੇਂ ਕਰਾਮਾਤ ਹੀ ਹੈ ਆਖੋ ਸਤਨਾਮ ਪੈਦਲ ਜਾਣਾ ਵੀ ਔਖਾ ਉਸ ਇੰਨਾ ਕੁ ਟੋਟਾ ਵੀ ਲੰਘਣਾ ਹੋਵੇ 20 ਮਿੰਟ ਲੱਗ ਜਾਂਦਾ ਇੰਨੀ ਖਲ ਕਿੱਥੋਂ ਸੰਗਤ ਆਈ ਅਸੀਂ ਹਾਜ਼ਰੀ ਭਰ ਕੇ ਜਾ ਰਹੇ ਸੀ ਗੁਰਦੁਆਰਾ ਹੱਟ ਸਾਹਿਬ ਜਿਹੜਲ ਭਾਅ ਜੀ ਮੈਨੂੰ ਇੱਕ ਬੀਬੀ ਨੇ ਰੁਕਾ ਦਿੱਤਾ ਮੈਨੂੰ ਕਹਿਣ ਲੱਗੀ ਵੀਰ ਜੀ ਬੇਰ ਸਾਹਿਬ ਜਾਓਗੇ ਤੇ ਇਹ ਅਰਦਾਸ ਕਰ ਦੇਣਾ ਅਸੀਂ ਵੀ ਗੁਰੂ ਨਾਨਕ ਦੀ ਸ਼ਤਾਬਦੀ ਦੇ ਸੰਬੰਧ ਵਿੱਚ ਜਪਜੀ ਸਾਹਿਬ ਦੇ ਪਾਠ ਕੀਤੇ ਤੇ ਮੈਂ ਰੁਕਾ ਖੋਲਿਆ ਛੇ ਹਜ਼ਾਰ ਪੰਜਾਹ ਪਾਠ ਜਪਜੀ ਸਾਹਿਬ ਮੈਂ ਵੈਸੇ ਪੁੱਛਿਆ ਮੈਂ ਕਿਹਾ ਭੈਣ ਜੀ 6050 ਦਾ ਕੀ ਹਿਸਾਬ ਤੁਹਾਨੂੰ ਗੁਣ ਮਿਲੇ ਲਿਓ ਮੈਂ ਕਿਹਾ ਜੀ 6050 ਦਾ ਕੀ ਹਿਸਾਬ ਤੇ ਕਹਿੰਦੀ ਅਸੀਂ 11 ਮੈਂਬਰ ਹਾਂ ਘਰ ਦੇ ਮਹੀਨਾ ਪਹਿਲੇ ਅਸੀਂ ਵੀ ਸੋਚਿਆ ਵੀ ਬਾਬੇ ਦਾ 550 ਸਾਲ ਆ ਅਸੀਂ ਵੀ ਕੁਝ ਕਰੀਏ ਅਸੀਂ 11 ਮੈਂਬਰ ਹਾਂ ਘਰ ਦੇ ਅਤੇ ਹਰ ਮੈਂਬਰ ਨੇ ਮਹੀਨੇ ਵਿੱਚ 550 ਜਪਜੀ ਸਾਹਿਬ ਹਾਜ਼ਰੀ ਲਾਈ ਆਖੋ ਸਤਨਾਮ ਹੁਣ 11 ਨੂੰ ਗੁਣਾ ਦੇ ਦਿਓ 11 555 50 ਨਾਲ ਦੇ ਦਿਓ ਅਤੇ 550 6050 ਮੈਨੂੰ 2 ਮਿੰਟ ਸੋਚਣ ਲਈ ਮਜਬੂਰ ਹੋਣਾ ਪਿਆ ਮੈਂ ਕਿਹਾ ਅਸੀਂ ਵਾਜੇ 'ਤੇ ਬਹਿ ਸਕਦੇ ਹਾਂ ਆ ਜਿਹੜੀਆਂ ਹਾਜ਼ਰੀਆਂ ਭਰ ਗੁਰੂ ਨਾਨਕ ਦੀਆਂ ਕਿੰਨੀਆਂ ਖੁਸ਼ੀਆਂ ਝੋਲੀ ਮਤਲਬ ਹਰ ਬੰਦਾ ਆਪਣੇ ਲੈਵਲ 'ਤੇ ਕੋਈ ਨਾ ਕੁਝ ਪਿਆਰ ਵਿਖਾ ਰਿਹਾ ਲੱਗਾ ਸਾਡੇ ਅੰਮ੍ਰਿਤਸਰ ਵਿੱਚ ਕਈ ਮੌਲ ਜਿੱਥੇ ਸਮਾਨ ਮਿਲਦਾ ਕਈ ਦੁਕਾਨਾਂ ਜਿੱਥੇ ਖਾਣ ਪੀਣ ਜਾਈਦਾ ਭਾਵੇਂ ਇਹ ਗੱਲ ਨੂੰ ਦੂਜੇ ਬੰਨੇ ਨਾ ਖੜੇ ਹੋ ਉਹਨਾਂ ਨੇ ਵੀ ਵਟਸਐਪ 'ਤੇ ਪਾਇਆ ਫੇਸਬੁੱਕ 'ਤੇ ਪਾਇਆ ਛੋਟੇ ਛੋਟੇ ਬੋਰਡ ਲਾਏ ਆ ਕਿ 10, 11 ਅਤੇ 12 ਨਵੰਬਰ ਨੂੰ 3 ਦਿਨ ਜੋ ਸਮਾਨ ਸਾਡੇ ਕੋਲ ਲਓਗੇ ਖਾਣ ਪੀਣ ਦਾ ਜਾਂ ਦੂਜਾ ਅਸੀਂ 13% ਲੈਸ ਕਰਾਂਗੇ ਆਖੋ ਸਤਨਾਮ ਬਈ ਬਾਬੇ ਦੀ 13-13 ਦੀ ਰੀਸ ਤਾਂ ਨਹੀਂ ਕਰ ਸਕਦੇ ਪਰ ਇੰਨਾ ਹੈ ਵੀ ਸਾਡੀ ਵੀ ਗੁਰੂ ਨਾਨਕ ਦੇ ਚਰਨਾਂ 'ਚ ਕੋਈ ਹਾਜ਼ਰੀ ਲੱਗੇ ਇੱਕ ਵਾਰੀ ਪੜ੍ਹੇਗਾ ਅਤੇ ਉਹਨੂੰ 13-13 ਯਾਦ ਹੀ ਆ ਜਾਏਗਾ ਅਤੇ ਸਾਡਾ ਭਲਾ ਹੋ ਜਾਏ ਕਹਿ ਦਿਓ ਗੱਜ ਕੇ ਸਤਿ ਵੀ 500 ਦਾ ਸਮਾਨ ਲਿਆ ਤੇ 65 ਰੁਪਏ ਲੈਸ 13% 10, 11, 12 3 ਦਿਨ ਵੀ ਇੱਕ ਵਾਰੀ ਜਿਵੇਂ ਪਿੱਛੇ ਜੇ ਆਏ ਸੀ ਨਾ ਵਟਸਐਪ 'ਤੇ ਕੋਈ ਕੁਲਚਿਆਂ ਵਾਲਾ ਸੀ ਹਾਂ ਉਹਨੇ ਲਿਖ ਕੇ ਲਾ ਤੇ ਬੋਰਡ 4-5 ਜਿਹੜਾ ਬੱਚਾ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਸੁਣਾਵੇ ਕੁਲਚਾ ਫਰੀ ਮਿਲੇਗਾ ਹੁਣ ਆਇਆ ਤਾਂ ਕੁਲਚੇ ਹੀ ਸੀ ਜੇ ਗੁਰੂ ਨਾਨਕ ਤਰਸ 'ਚ ਆ ਗਿਆ ਤਾਂ ਉਹਦਾ ਪਿਆਰ ਵੇਖੇਗਾ ਆਖੋ ਸਤਨਾਮ ਉਹ ਪਿਆਰ ਵੇਖੇਗਾ ਵੀ ਚੱਲ ਤੂੰ ਕੁਝ ਤਾਂ ਕੀਤਾ ਕਈਆਂ ਨੂੰ 8-10 ਪੌੜੀਆਂ ਅਜੇ ਨਹੀਂ ਆਉਂਦੀਆਂ ਕਈਆਂ ਉਹ ਸਿੱਖ ਲਈਆਂ ਚੱਲ ਕੁਲਚਾ ਤਾਂ ਫਰੀ ਖਾ ਕੇ ਆਈਏ ਆਖੋ ਸਤਨਾਮ ਕਈ 30 ਤੱਕ ਪਹੁੰਚੇ ਸੀ ਕਈ 32 ਪੌੜੀਆਂ ਤੱਕ ਪਹੁੰਚੇ ਸੀ ਉਹਨਾਂ ਮਤਲਬ ਕੋਈ ਉਪਰਾਲਾ ਕਰ ਲਓ ਉਹ ਕੁਝ ਨਾ ਕੁਝ ਦੇ ਹੀ ਜਾਂਦਾ ਗੁਰੂ ਨਾਨਕ ਸਾਹਿਬ ਕਹਿੰਦੇ ਉਪਰਾਲਾ ਕਰ
ਉਦਮ ਕਰਦਿਆਂ ਜੀਓ ਤੂੰ, ਉਦਮ ਕਰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਦਿਆਂ ਤੂੰ ਪ੍ਰਭੂ ਮਿਲ, ਧਿਆਇਦਿਆਂ ਤੂੰ ਪ੍ਰਭੂ ਮਿਲ, ਮਹਾਰਾਜ ਕਹਿੰਦੇ ਜਿਹੜਾ ਉਦਮ ਕਰੇ ਕੁਝ ਨਾ ਕੁਝ ਉਹਨੂੰ ਸ਼ਾਬਾਸ਼ ਹੈ, ਆਖੋ ਸਾਧਨਾ। ਦੇਖੋ ਇਹ ਗੱਲਾਂ ਸਿੱਧੀਆਂ ਸਾਧੀਆਂ, ਕੋਈ ਪਤਾ ਨਹੀਂ ਹੁੰਦਾ ਜਿਹੜੇ ਤੁਸੀਂ ਸੁਣਦੇ ਪਏ ਹੋ ਕਿਹਦਾ ਕੀ ਮਨ ਬਣ ਜੇ, ਕਿਉਂਕਿ ਇਹ ਸਾਰਾ ਸਾਲ ਹੁਣ ਚੱਲਣਾ ਹੈ ਜੇ 12 ਨਵੰਬਰ ਤੋਂ ਬਾਅਦ ਅਗਲਾ ਸਾਲ ਸਾਰਾ 550 ਸਾਲਾ ਸ਼ਤਾਬਦੀ ਚੱਲਣੀ ਹੈ। ਸੁਣ ਕੇ ਪਤਾ ਨਹੀਂ ਕਈ ਵਾਰੀ ਬੰਦੇ ਦੇ ਮਨ 'ਚ ਆਉਂਦਾ ਬਈ ਫਿਰ ਆ ਉਪਰਾਲੇ ਸਫਲੇ ਹੋ ਜਾਣ। ਹਰ ਬੰਦਾ ਆਪਣੇ ਲੈਵਲ 'ਤੇ ਇਹ ਪਿਆਰ ਵਿਖਾ ਰਿਹਾ, ਨਿਭਾ ਰਿਹਾ। ਇਹ ਹੁਣੇ ਅਸੀਂ ਤੁਹਾਡੇ ਕੋਲ ਆ ਰਹੇ ਸੀ, ਸਾਡੇ ਤਾਂ ਦਿਮਾਗ 'ਚ ਇਹ ਸੀ ਲੇਟ ਹੋ ਗਏ, ਇੱਥੇ ਕਾਰ ਚੱਲ ਰਿਹਾ ਸੀ ਅਜੇ। ਇਹ ਰਾਜ ਬੰਗਲਾ ਸਾਹਿਬ, ਬੰਗਲਾ ਸਾਹਿਬ ਵੇਖੋ, ਬੰਗਲਾ ਸਾਹਿਬ ਤੋਂ 1.25 ਕਿਲੋਮੀਟਰ ਅੱਗੇ ਸਾਨੂੰ ਆਪਣੇ ਸੰਗੀਆਂ 'ਚੋਂ ਸੰਗੀ ਕਰੋੜਾਂ ਪਤੀ ਗੱਡੀ ਚਲਾਉਣ ਡਿਆ ਅਤੇ ਗੱਡੀ ਵਿੱਚ ਹੁਣ ਡਰਾਈਵਰ ਸੀਟ ਨਾਲ ਇੱਕ ਬੰਦਾ ਹੁੰਦਾ, ਉਹਨੇ ਕੱਸ ਕੇ 2 ਪਾਏ ਹੋਏ, ਮਗਰ ਵੀ 4-5 ਪਾਏ ਹੋਏ, ਅਤੇ ਕੁਝ ਹਿੰਦੂ ਵੀਰ ਕੁਝ ਹੋਰ। ਮੈਂ ਕਿਹਾ ਨਾ ਪਰਿਵਾਰ ਹੈ ਇਹ। ਉਹਨੇ ਗੱਡੀ ਰੋਕੀ, ਮੈਨੂੰ ਫਤਿਹ ਬੁਲਾਈ, ਕਰੋੜਾਂ ਪਤੀ। ਮੈਂ ਕਿੱਧਰ ਜਾ ਰਹੇ? ਕਹਿੰਦਾ ਗੁਰੂ ਨਾਨਕ ਸਾਹਿਬ ਦਾ ਆਗਮਨ ਦਿਨ ਨੇ, ਅਸੀਂ ਵੀ ਮਨ ਬਣਾਇਆ 10 ਤਰੀਕ 11 ਤਰੀਕ 12 ਤਰੀਕ, ਪਤਾ ਨਹੀਂ ਹੁਣ ਬੰਗਲਾ ਸਾਹਿਬ ਤੋਂ ਅੱਗੇ ਕੋਈ ਬੱਸਾਂ ਆਉਂਦੀਆਂ ਕਿ ਕੋਈ ਚੀਜ਼, ਤੁਹਾਨੂੰ ਜ਼ਿਆਦਾ ਪਤਾ ਹੋਏਗਾ। ਕਹਿੰਦੇ ਉਹ ਫਿਰ ਕੋਈ ਨਾ ਕੋਈ 3-ਵੀਲਰ ਕੋਈ ਚੀਜ਼ ਕਰਕੇ ਬੰਗਲਾ ਸਾਹਿਬ ਪਹੁੰਚਦੇ। ਕਹਿੰਦੇ ਮੈਂ ਸਾਰੀ ਗੱਡੀ ਅੱਜ ਸਾਰਾ ਦਿਨ ਆਪ ਸੰਗਤ ਜਿਹੜੀ ਉੱਥੇ ਉਤਰੇ ਜਿਹਨੇ ਬੰਗਲਾ ਸਾਹਿਬ ਆਉਣਾ, ਫਰੀ ਲਿਆ ਰਹੇ ਹਾਂ, ਫਰੀ ਛੱਡ ਕੇ ਆ ਰਹੇ ਹਾਂ, ਗੁਰੂ ਨਾਨਕ ਸਾਹਿਬ ਦੀ ਖੁਸ਼ੀ ਝੋਲੀ ਜੀ ਮੈਂ ਕਰੋੜਾਂ ਪਤੀ। ਇਹ ਨਹੀਂ ਡਰਾਈਵਰ ਨੂੰ ਕਿਹਾ ਤੂੰ ਚਲਾ, ਉਹਨੂੰ ਕਹਿੰਦੇ ਆਪ ਲੱਗਾ ਕਿ ਗੁਰੂ ਨਾਨਕ ਨਹੀਂ ਪ੍ਰਸੰਨ। ਮੈਂ ਫਿਰ ਉਹ ਲਿਟਲ ਭਾਅ ਜੀ 3-4 ਮਿੰਟ ਸੋਚੀ ਪੈ ਗਿਆ। ਮੈਂ ਕਿਹਾ ਇਹਨੇ ਮੁੱਢ ਫੜ ਲਿਆ, ਮੁੱਢ ਆਖੋ ਸਾਧਨ। ਹਾਂ ਇਹ ਮੁੱਢ ਜੇ ਇਹ ਮੁੱਢ ਹੈ। ਬਾਬਾ ਨੰਦ ਸਿੰਘ ਜੀ ਕਹਿੰਦੇ ਮੁੱਢ ਹੈ, ਸੰਗਤ ਦੀ ਖੁਸ਼ੀ ਕੋਈ ਲੈ ਲਵੇ ਮਨ ਨੀਵਾਂ ਕਰਕੇ, ਇਹ ਮੁੱਢ ਹੈ, ਗੁਰੂ ਨਾਨਕ ਦੀਆਂ ਖੁਸ਼ੀਆਂ ਘਰ ਆਪੇ ਆ ਜਾਂਦੀਆਂ। ਗੱਜ ਕੇ ਆਖੋ ਸਾਹਿਬ। ਜਿਹੜੀਆਂ ਸੰਗਤਾਂ 10 ਮਿੰਟ 3-ਵੀਲਰ ਲੱਭਦੀਆਂ, ਵੱਧ ਘੱਟ ਕਰਦੀਆਂ, ਕੁਝ ਕਰਦੀਆਂ, ਚਲੋ ਵੀ ਮੇਰੇ 10 ਗੇੜੇ ਲੱਗ ਜਾਣ, 15 ਲੱਗ ਜਾਣ, ਉਧਰੋਂ ਲਿਆ ਰਿਹਾ, ਉਧਰੋਂ ਛੱਡ ਕੇ ਆ ਰਿਹਾ, ਉਧਰੋਂ ਲਿਆ ਰਿਹਾ, ਉੱਥੋਂ ਛੱਡ ਕੇ ਆ ਰਿਹਾ। ਮੈਟਰੋ ਸਟੇਸ਼ਨ ਉੱਥੇ ਉਤਰਦੇ ਨੇ ਅਤੇ ਫਿਰ ਬੰਗਲਾ ਸਾਹਿਬ ਵਾਸਤੇ ਉੱਥੋਂ ਵੱਖਰਾ ਫਿਰ 3-ਵੀਲਰ ਜਾਂ ਕੋਈ ਬੈਟਰੀ ਗੱਡੀ ਜਾਂ ਕਰਨੀ ਪੈਂਦੀ। ਉਹਨੇ ਆਪਣੀ ਗੱਡੀ ਲਾਈ 10-11-12-3 ਦਿਨ, ਮੈਨੂੰ ਗੁਰੂ ਨਾਨਕ ਦੀਆਂ ਸੰਗਤਾਂ ਦੀ ਖੁਸ਼ੀ ਝੋਲੀ
ਕਹਿ ਦਿਓ ਗੱਜ ਕੇ ਸਾਧ ਉਦਮ ਕਰੇ ਦਿਆ ਜੀਓ ਤੁਹਾਡੇ ਤੇ ਵੀ ਕਿਰਪਾ ਸਿਮਰ ਭਾਈ ਜੀ ਮੈਨੂੰ ਦੱਸ ਰਹੇ ਸੀ ਪਤਾ ਨਹੀਂ 40 ਬੱਚੇ ਹੈ ਕਿ 45 ਬੱਚੇ ਹੈ ਜਿਨ੍ਹਾਂ ਨੇ ਬਾਬਾ ਨਾਨਕ ਜੀ ਦੇ ਆਗਮਨ ਦੀ 550 ਸਾਲਾਂ ਦੀ ਖੁਸ਼ੀ ਵਿੱਚ 125,000 ਮੂਲ ਮੰਤਰ ਹਾਜ਼ਰੀ ਭਰੀ ਆਖੋ ਸਤਿਨਾਮ ਕੋਈ ਉਦਮ ਕੀਤਾ ਕੁਝ ਚੱਲ ਜੋ ਬਾਹਰ ਆ ਗਿਆ ਵਧੀਆ ਜਿੰਨੀਆਂ ਸੰਗਤਾਂ ਬੈਠੀਆਂ ਜੇ ਵੀਹ ਕੁ ਮਿੰਟ ਹੋਰ ਸੇਵਾ ਲੈਣੀ ਅਤੇ ਇਲਾਕੇ ਦਾ ਕੀ ਨਾਂ ਹੈ ਵੈਸਟ ਆਜ਼ਾਦ ਨਗਰ ਗੁਰਦੁਆਰੇ ਦਾ ਬਾਬਾ ਦੀਪ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਨਾਂ ਦਾ ਸਥਾਨ ਆਹ 20 ਮਿੰਟ ਇਸ ਤਰ੍ਹਾਂ ਬਹਿਣਾ ਭਾਵਨਾ ਗੁਰੂ ਵੇਦ ਬਣਾ ਦੇਵੇ ਕਿ ਆਪਾਂ ਵੈਸਟ ਆਜ਼ਾਦ ਨਗਰ ਬੈਠੇ ਬੈਠੇ ਇਸ ਗੁਰਦੁਆਰਾ ਸਾਹਿਬ ਵਿੱਚ ਬੈਠੇ ਬੈਠੇ ਸੁਲਤਾਨਪੁਰ ਲੋਧੀ ਦੀ ਯਾਤਰਾ ਕਰਕੇ ਆਉਣੀ ਆਖੋ ਸਤਿਨਾਮ ਸੁਲਤਾਨਪੁਰ ਲੋਧੀ ਸਿਰ 'ਤੇ ਹੱਥ ਰੱਖਿਓ ਜੀ ਸਾ ਧਰਤੀ ਪਈ ਹਰਿਆਲੀ ਧਰਤੀ ਪਈ ਜਿੱਥੇ ਮੇਰਾ ਸਤ ਗੁਰ ਬੈਠਾ ਮੇਰਾ ਸਤ ਗੁਰ ਬੈਠਾ ਜਿੱਥੇ ਮੇਰਾ ਸਤ ਗੁਰ ਜਿੱਥੇ ਮੇਰਾ ਵਾਹ ਦੋ ਵਾਰੀ ਹਾਂਜੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਜਿੱਥੇ ਮੇਰਾ ਸਤਿਗੁਰ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂੜ ਮੁਖ ਲਾਵਾਂ ਜਿੱਤੇ ਜਾਏ ਬਏ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੁਲਤਾਨਪੁਰ ਲੋਧੀ ਤਿੰਨ ਪੜਾਵਾਂ ਚੋਂ ਲੰਘਿਆ ਜੀ ਕਿਸੇ ਵੇਲੇ ਬੁੱਧ ਧਰਮ ਦਾ ਰੂਹਾਨੀਅਤ ਦਾ ਕੇਂਦਰ ਰਿਹਾ ਸੁਲਤਾਨਪੁਰ ਲੋਧੀ ਇਹ ਪਹਿਲਾ ਪੜਾ ਕਿਉਂਕਿ ਇਸ ਵੇਲੇ ਸਾਰੇ ਵਰਲਡ ਦੀਆਂ ਸੰਗਤਾਂ ਉੱਥੇ ਜਾ ਰਹੀਆਂ ਇੰਡੀਆ ਨੇ ਇੱਧਰ ਉੱਧਰ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਪਾਕਿਸਤਾਨ
ਸਾਡੀ ਇੱਥੇ ਬੈਠਿਆਂ ਅੱਜ ਹਾਜ਼ਰੀ ਲੱਗਦੀ। ਇਹ ਸੁਲਤਾਨਪੁਰ ਲੋਧੀ ਕਿਸੇ ਵੇਲੇ ਬੁੱਧ ਧਰਮ ਦਾ ਰੂਹਾਨੀਅਤ ਦਾ ਕੇਂਦਰ ਹੈ। ਇੱਕ ਨਾਂ ਤੁਸੀਂ ਸੁਣਿਆ ਹੋਏਗਾ ਮਹਿਮੂਦ ਗਜਨਵੀ, ਉਹ ਕਿਤੇ ਲੰਘਿਆ, ਬਰਦਾਸ਼ਤ ਨਹੀਂ ਹੋਇਆ, ਹਮਲਾ ਵੀ ਕਰਤਾ ਅਤੇ ਸਾਰੇ ਸ਼ਹਿਰ ਨੂੰ ਅੱਗ ਲਾ ਦਿੱਤੀ। ਸਦੀਂ ਦਾ ਇੰਜ 13 ਕਿਲੋਮੀਟਰ 'ਚ ਫੈਲਿਆ ਸੀ ਸੁਲਤਾਨਪੁਰ ਲੋਧੀ। 56 ਬਾਜ਼ਾਰ ਸੀ, 3200 ਦੁਕਾਨਾਂ ਸੀ। ਉਦੋਂ ਕੋਈ ਬਰਦਾਸ਼ਤ ਨਹੀਂ ਹੋਇਆ ਵੀ ਇਹ ਬੁੱਧ ਧਰਮ ਇੰਨਾ ਅੱਗੇ, ਹਮਲਾ ਵੀ ਕਰਤਾ ਅਤੇ ਅੱਗ ਲਾ ਦਿੱਤੀ। ਔਰ ਇਹ ਸਦੀਂਦਾ ਹੈ, 6 ਮਹੀਨੇ ਉਹ ਅੱਗ ਦਾ ਧੂੰਆਂ ਨਿਕਲਦਾ ਰਿਹਾ, ਉਹ ਅੱਗ ਧੋਹਦੀ ਰਹੀ 6 ਮਹੀਨੇ। ਫਿਰ ਸਮਾਂ ਆਇਆ, ਦੂਜੇ ਪੜਾਅ 'ਚੋਂ ਲੰਘਿਆ, ਤੁਹਾਡੇ ਦਿੱਲੀ ਦਾ ਕੋਈ ਬਾਦਸ਼ਾਹ ਸੀ ਸੁਲਤਾਨ ਖਾਨ, ਉਹ ਲਾਹੌਰ ਜਾਂਦਾ ਸੀ ਜਾਂ ਕਾਬਲ ਜਾਂਦਾ ਸੀ ਉਸ ਰਸਤੇ 'ਚੋਂ। ਉਹਨੇ ਨੋਟ ਕੀਤਾ, ਤੁਸੀਂ ਜਾਓਗੇ ਨਾ ਵੇਈ ਨਦੀ, ਬੜਾ ਨਜ਼ਾਰਾ, ਵੇਈ ਨਦੀ ਹੈ, ਨਦੀ ਦੇ ਆਸੇ ਪਾਸੇ। ਉਹ ਕਹਿੰਦਾ ਵੀ ਜਗ੍ਹਾ ਬੜੀ ਇਸ ਤਰ੍ਹਾਂ ਦੀ ਹੈ, ਇੱਥੇ ਕਿਉਂ ਨਾ ਸ਼ਹਿਰ ਵਸਾਇਆ ਜਾਏ। ਉਹਨੇ ਫਿਰ ਸ਼ਹਿਰ ਵਸਾਇਆ ਜੀ, ਆਪਣਾ ਨਾਂ ਤਾਂ ਰੱਖਿਆ, ਸੁਲਤਾਨ ਖਾਨ ਉਹਦਾ ਨਾਂ ਸੀ, ਅਤੇ ਇਹਦਾ ਨਾਂ ਰੱਖਿਆ ਸੁਲਤਾਨਪੁਰ ਲੋਧੀ। ਆਖੋ ਸਤਨਾਮ। ਔਰ ਉਹਨੂੰ ਸੁਲਤਾਨਪੁਰ ਲੋਧੀ ਨੂੰ ਇਸਲਾਮ ਧਰਮ ਦਾ ਰੂਹਾਨੀਅਤ ਦਾ ਕੇਂਦਰ ਬਣਾਇਆ। ਔਰ ਇਹ ਸਦੀਂਦਾ ਕਿ ਦਾਰਾ ਸ਼ਿਕੋ ਸ਼ਾਹਜਹਾਨ ਔਰੰਗਜ਼ੇਬ ਨੇ ਇਸਲਾਮ ਦੀ ਸਿੱਖਿਆ ਇੱਥੋਂ ਲਈ। ਆਖੋ ਸਤਨਾਮ। ਹੁਣ ਸਾਰੇ ਹੱਥ ਜੋੜੋ, ਸੀਸ ਝੁਕਾਓ ਜੀ, ਤੀਜਾ ਪੜਾਅ ਆਇਆ ਤੁਹਾਡੇ ਬਾਬੇ ਦੇ ਚਰਨ ਪਏ, ਗੱਜ ਕੇ ਕਹਿ ਦਿਓ ਸਤਨਾਮ। ਆ ਤੀਜਾ ਪੜਾਅ, ਥੋੜ੍ਹਾ ਆਨੰਦ ਲਿਓ। ਰਾਏ ਬੁਲਾਰ ਜੀ ਪਿਤਾ ਕਾਲੂ ਜੀ ਨੂੰ ਪਤਾ ਕੀ ਕਹਿੰਦੇ, ਐਂ ਉਂਗਲ ਕਰਕੇ, ਕਾਲੂ ਗੁਰੂ ਨਾਨਕ ਜਿੰਨਾ ਨੁਕਸਾਨ ਕਰੇ ਤੁਸੀਂ ਮੇਰੇ ਕੋਲ ਲੈਣਾ, ਗੁਰੂ ਨਾਨਕ ਨੂੰ ਕਦੀ ਝਿੜਕ ਨਹੀਂ ਦੇਣੀ। ਗੁਰੂ ਨਾਨਕ ਨੁਕਸਾਨ ਨਹੀਂ ਕਰਦਾ, ਉਹਦੀ ਲੀਲਾ ਹੈ। ਵੀ ਤੁਸੀਂ ਗੁਰੂ ਨਾਨਕ ਨੂੰ ਕੁਝ ਕਹਿੰਦੇ ਹੋ ਮੇਰੇ ਕੋਲ ਬਰਦਾਸ਼ਤ ਨਹੀਂ, ਤੁਸੀਂ ਗੁਰੂ ਨਾਨਕ ਨੂੰ ਕੁਝ ਨਹੀਂ ਕਹਿਣਾ, ਜੋ ਨੁਕਸਾਨ ਮੇਰੇ ਕੋਲ। ਰਾਏ ਬੁਲਾਰ ਸ਼ਰਧਾ ਵਿੱਚ ਅੱਗੇ ਸੀ ਪਿਤਾ ਜੀ, ਉਹਨੇ ਅੱਖੀ ਵੇਖਿਆ ਸੀ ਲਿਟਲ ਭਾਈ ਕਿ ਸੱਪ ਨੇ, ਉਹ ਸੱਪ ਜਿਹੜਾ ਛੱਡਦਾ ਨਹੀਂ ਫਨੀਅਰ, ਉਹ ਸੱਪ ਛਾਂ ਕਰਕੇ ਹਾਜ਼ਰੀ ਲਾ ਰਿਹਾ। ਆਖੋ ਸਤਨਾਮ। ਉਹਨੇ ਅੱਖੀ ਵੇਖਿਆ, ਉਹਨੇ ਅੱਖੀ ਵੇਖਿਆ ਸੂਰਜ ਜਦੋਂ ਘੁੰਮਦਾ ਨਾ ਜੀ, ਤੇ ਸਾਰੇ ਦਰਖਤਾਂ ਦੀ ਛਾਂ ਨਾਲ ਨਾਲ ਘੁੰਮਦੀ, ਸਾਰੇ ਦਰਖਤਾਂ ਦੀ ਛਾਂ ਘੁੰਮ ਗਈ, ਜਿਹੜਾ ਦਰਖਤ ਥੱਲੇ ਗੁਰੂ ਨਾਨਕ ਲੰਮੇ ਪਏ ਉਹਦੀ ਛਾਂ ਨਹੀਂ ਘੁੰਮੀ। ਆਖੋ ਸਤਨਾਮ। ਉਹਨੇ ਆਹ ਚੀਜ਼ਾਂ ਅੱਖੀ ਵੇਖੀਆਂ ਸੀ। ਉਹ ਕਹਿੰਦਾ ਵੀ ਕਾਲੂ ਜੀ, ਜੋ ਨੁਕਸਾਨ ਮੇਰੇ ਕੋਲ ਲੈ ਲੈਣਾ, ਨਾਨਕ ਨੂੰ ਕੁਝ ਨਾ ਕਹੇ, ਪਰ ਚਲੋ ਹੈ ਰਿਖੀ ਨੇ, ਰਾਏ ਬੁਲਾਰ ਰਿਖੀ ਹੈ, ਬਾਬਾ ਨੰਦ ਸਿੰਘ ਜੀ ਕਹਿੰਦੇ ਪਿਛਲੇ ਜਨਮ ਦਾ ਰਿਖੀ ਹੈ, ਬੇਬੇ ਨਾਨਕ ਹੀ ਪਿਛਲੇ ਜਨਮ ਦੀ ਰਿਖੀ ਹੈ, ਝੰਡਾ ਬਾਡੀ ਪਿਛਲੇ ਜਨਮ ਦਾ ਰਿਖੀ ਹੈ, ਪਿਤਾ ਕਾਲੂ ਪਿਛਲੇ ਜਨਮ ਦਾ ਰਿਖੀ, ਮਾਤਾ ਤ੍ਰਿਪਤਾ ਪਿਛਲੇ ਜਨਮ ਦਾ ਰਿਖੀ, ਭਾਈ ਲਾਲੋ ਪਿਛਲੇ ਜਨਮ ਦਾ ਰਿਖੀ, ਜਕਾਰਾ ਬੁਲਾਓ ਗੱਜ ਕੇ ਸਾਰੇ, ਇਹ ਰਿਖੀ ਨੇ ਪਿਛਲੇ। ਕਿਸੇ ਕੁਝ ਮੰਗਿਆ, ਕਿਸੇ ਕੁਝ ਉਹਨਾਂ ਮੰਗਿਆ, ਨਿਰੰਕਾਰ ਸਾਡੇ ਵਿਹੜੇ ਖੇਡ, ਹੁਣ ਆਹ ਤਾਂ ਮੰਗ ਲਿਆ ਨਿਰੰਕਾਰ ਸਾਡੇ ਵਿਹੜੇ ਖੇਡ, ਆਹ ਨਹੀਂ ਮੰਗਿਆ ਤੈਨੂੰ ਪਛਾਣ ਸਕੀਏ। ਆਖੋ ਸਾਧਨਾ। ਵਿਹੜੇ ਖੇਡਿਆ ਪਰ ਪਛਾਣ ਨਹੀਂ, ਪਛਾਣ ਬੇਬੇ ਨਾਨਕ ਰਾਏ ਬੁਲਾ।
ਇਹ ਰਾਏ ਬੁਲਾਰ ਜੀ ਨੇ ਵੇਖਿਆ ਵੀ ਕਾਲੂ ਜੀ ਝਿੜਕਾਂ ਦਿੰਦੇ ਹੀ ਰਹਿੰਦੇ ਆ, ਕਹਿਣ ਤੱਕ ਵੀ ਨਹੀਂ ਫਿਰ ਮੁੜਦੇ। ਇੱਕ ਮੀਟਿੰਗ ਹੋਈ ਭਾਈਆ ਜੈਰਾਮ ਜੀ ਦੀ, ਬੇਬੇ ਨਾਨਕ ਜੀ ਦਾ ਘਰ ਵਾਲਾ ਭਾਈਆ ਜੈਰਾਮ ਜੀ, ਅੱਜ ਕੱਲ੍ਹ ਅਸੀਂ ਜੀਜਾ ਜੀ ਕਹਿੰਦੇ ਹਾਂ, ਉਦੋਂ ਭਾਈਆ ਜੀ ਕਹਿੰਦੇ ਸੀ ਜੀਜੇ। ਅਤੇ ਬੇਬੇ ਨਾਨਕ ਜੀ ਭਾਈਆ ਜੈਰਾਮ ਜੀ ਰਾਏ ਬੁਲਾਰ ਦੀ ਮੀਟਿੰਗ ਹੋਈ, ਕੀ ਕਰੀਏ ਅਤੇ ਸਲਾਹ ਕੀ ਹੋਈ। ਬੇਬੇ ਨਾਨਕ ਜੀ ਕਹਿੰਦੇ ਨਾ ਮੈਂ ਝਿੜਕਾਂ ਬਰਦਾਸ਼ਤ ਕਰ ਸਕਦੀ ਹਾਂ, ਰਾਏ ਬੁਲਾਰ ਕਹਿੰਦੇ ਨਾ ਮੈਂ ਕਰ ਸਕਦਾ, ਭਾਈਆ ਜੈਰਾਮ ਕਹਿੰਦੇ ਨਾ ਮੈਂ, ਕੀ ਕਰੀਏ। ਕਹਿੰਦੇ ਫਿਰ ਸਲਾਹ ਹੋਈ, ਸੁਲਤਾਨਪੁਰ ਲੈ ਜਾਂਦੇ ਹਾਂ ਜਿੱਥੇ ਵਿਆਹ ਸੀ ਬੀਬੀ ਬੇਬੇ ਨਾਨਕ ਜੀ, ਉੱਥੇ ਲੈ ਜਾਂਦੇ। ਉਹ ਗੁਰੂ ਨਾਨਕ ਸਾਹਿਬ 14-15 ਸਾਲ ਉਮਰ ਹੈ, ਸੁਲਤਾਨਪੁਰ ਲੋਧੀ ਆ ਕੇ ਅਤੇ ਇਹ ਭਾਈ ਜੈਰਾਮ ਜੀ ਉਹਨਾਂ ਨੇ ਨਵਾਬ ਦੌਲਤ ਖਾਨ ਨੂੰ ਮਿਲ ਕੇ ਅਤੇ ਮੋਦੀ ਖਾਨੇ 'ਚ ਗੁਰੂ ਨਾਨਕ ਸਾਹਿਬ ਜੀ ਨੂੰ ਨੌਕਰੀ ਦਵਾ ਦਿੱਤੀ। ਆਖੋ ਸਤਨਾਮ ਨਵਾਬ ਦੌਲਤ ਖਾਨ ਕੋਲ, ਬੜਾ ਤਕੜਾ ਮੋਦੀ ਖਾਨਾ ਜੀ। ਕੱਲ੍ਹ ਮੈਂ ਹੋ ਕੇ ਆਇਆ, ਤੁਸੀਂ ਹੁਣ ਭਾਵੇਂ ਮਹੀਨੇ ਦੇ ਅੰਦਰ ਅੰਦਰ ਬਣਾ ਲਿਓ, ਡੇਢ ਮਹੀਨੇ 'ਚ ਬਣਾ ਲਿਓ, ਜਾਣਾ ਜ਼ਰੂਰ। ਜਿੱਥੇ ਬਾਬਾ ਜੀ ਦਾ ਮੋਦੀ ਖਾਨਾ ਸੀ ਉੱਥੇ ਅੱਜ ਗੁਰਦੁਆਰਾ ਹੱਟ ਸਾਹਿਬ ਹੈ, ਆਖੋ ਸਾਧਨਾ ਗੁਰਦੁਆਰਾ ਹੱਟ ਸਾਹਿਬ। ਜਿਵੇਂ ਆਹ ਗੇਟ ਹੈ ਨਾ ਤੁਹਾਡਾ, ਇਹ ਅੰਦਰ ਵੜਦੇ ਹਾਂ, ਸਾਹਮਣੇ ਪ੍ਰਕਾਸ਼ ਹੈ ਅਤੇ ਪ੍ਰਕਾਸ਼ ਤੋਂ ਪਹਿਲੇ ਨਾ ਐਡਾ ਉੱਚਾ ਬਣਾ ਕੇ ਥੜਾ, ਸਾਰਾ ਸ਼ੀਸ਼ੇ ਦਾ ਫਰੇਮ ਹੈ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜਿਹੜੇ ਵੱਟਿਆਂ ਨਾਲ ਤੋਲਦੇ ਸੀ ਉਹ ਸਾਰੇ ਵੱਟੇ ਬਿਰਾਜਮਾਨ ਨੇ। ਅੰਦਰ ਵੜਦੇ ਹਾਂ ਪਹਿਲੇ ਦਰਸ਼ਨ ਵੱਟਿਆਂ ਦੇ ਹੁੰਦੇ, ਫਿਰ ਅੱਗੇ ਜਾ ਕੇ ਸਤਿਗੁਰਾਂ ਦੇ ਪ੍ਰਕਾਸ਼। ਅਤੇ ਕੱਲ੍ਹ ਮੈਂ ਜਦੋਂ ਗਿਆ ਅਤੇ ਉੱਥੋਂ ਦੇ ਗ੍ਰੰਥੀ ਸਿੰਘ ਨੇ ਫਟਾਫਟ ਚਾਬੀ ਲੈ, ਰੁਕ ਜਾਓ, ਮਹਿਬਾਨ ਚਾਬੀ ਲੈ ਕੇ ਆਏ। ਅਤੇ ਉਹ ਸਾਰਾ ਸ਼ੀਸ਼ੇ ਦਾ ਫਰੇਮ ਹੈ ਜੀ, ਅੱਜ ਜਿੰਨੀ ਕੁ ਗਰਿੱਲ ਹੈ ਨਾ, ਐਡਾ ਵੱਡਾ ਉਹ ਥੱਲੇ ਥੜਾ ਬਣਿਆ ਅਤੇ ਉੱਤੇ ਫਰੇਮ ਹੈ, ਅਤੇ ਅੰਦਰ ਵੱਟੇ ਬੜੇ ਸਤਿਕਾਰ ਨਾਲ ਰੱਖੇ, ਸੰਗਤ ਦੂਰੋਂ ਮੱਥਾ ਟੇਕਦੀ, ਆਸੇ ਪਾਸੇ ਸ਼ੀਸ਼ਾ ਲੱਗਿਆ। ਉਹ ਚਾਬੀ ਲਾਇਆ ਅਤੇ ਉਹਨਾਂ ਨੇ ਉਹ ਸ਼ੀਸ਼ੇ ਵਾਲਾ ਬੂਹਾ ਖੋਲ੍ਹਤਾ ਇੱਕ ਵਿੱਚ, ਮੈਨੂੰ ਕਹਿੰਦੇ ਤੁਸੀਂ ਕੀਰਤਨ ਕਰਦੇ ਹੋ ਵੀ ਬਾਬਾ ਜੀ ਦੇ, ਇਸ ਤੋਂ ਵੱਡੀ ਸਾਡੇ ਲਈ ਕੀ ਦਾਤ ਹੈ ਜਿਹਨਾਂ ਵੱਟਿਆਂ ਨਾਲ ਗੁਰੂ ਨਾਨਕ ਨੇ ਹਾਜ਼ਰੀਆਂ ਲਾਈਆਂ। ਹੁਣ ਕਹਿੰਦੇ ਆਪਣਾ ਮਸਤਕ ਇਹਨਾਂ ਵੱਟਿਆਂ ਨੂੰ ਲਾ ਦਿਓ, ਆਖੋ ਸਾਧ। ਮੈਂ ਸੰਗਤ ਜੀ ਉਹ ਵੱਟ ਮੱਥੇ ਨੂੰ ਵੀ ਲਾਵਾਂ ਅਤੇ ਨਾਲ ਨਾਲ ਇੰਨਾ ਕੁ ਭਾਗਾਂ ਨਾਲ ਸਮਝਾਂ ਵੀ ਗੁਰੂ ਨਾਨਕ ਜਿਹਨਾਂ ਵੱਟਿਆਂ ਨਾਲ ਤੁਸੀਂ ਇਸ ਮੋਦੀ ਖਾਨੇ ਨੂੰ ਚਲਾਇਆ, ਅੱਜ ਕਿੱਡੇ ਵੱਡੇ ਭਾਗ ਸਾਡੇ ਮੱਥੇ ਨੂੰ ਲੱਗ ਰਹੇ। ਗੁਰਦੁਆਰਾ ਹੱਟ ਸਾਹਿਬ ਨਾਲ ਨਾਲ ਲਾਇਓ ਹਾਜ਼ਰੀ ਜੀ। ਧਰਤੀ ਪਈ ਜਿੱਥੇ ਮੇਰਾ ਸਤ ਗੁਰ ਬੈਠਾ, ਜਿੱਥੇ ਮੇਰਾ ਸਤ ਗੁਰ ਬੈਠਾ, ਜਿੱਥੇ ਮੇਰਾ ਸਤ ਗੁਰ ਕੇ ਕਹਿ ਦਿਓ ਸਤਨਾਮ। ਗੁਰੂ ਨਾਨਕ ਦੇ ਚਰਨ ਕਿਧਰੇ 2 ਮਿੰਟ ਪੈ ਜਾਣ ਤੇ ਮਾਣ ਨਹੀਂ। ਤੁਸੀਂ ਇਸ ਗੱਲ ਨੂੰ ਮੰਨੋਗੇ ਕਿ ਨਹੀਂ, ਜਿੱਥੇ ਗੁਰੂ ਨਾਨਕ ਦੇ ਚਰਨ 14 ਸਾਲ 9 ਮਹੀਨੇ 13 ਦਿਨ ਪਏ ਹੋਣ, ਉਸ ਧਰਤੀ ਦੇ ਵਿੱਚ ਕਿੰਨੀ ਵਾਈਬ੍ਰੇਸ਼ਨ ਨਾਮ ਵਾਲੀ ਹੋਏਗੀ ਕਿ ਜਕਾਰਾ ਬੁਲਾਓ ਪਿਆਰ ਨਾਲ। ਚੌਦਾਂ ਸਾਲ 9 ਮਹੀਨੇ 13 ਦਿਨ ਤਕਰੀਬਨ, ਜਿਹੜੇ ਵਿੱਚ ਆਉਂਦੇ ਜਾਂਦੇ ਰਹੇ ਵੱਖਰੇ,
ਔਰ ਪਹਿਲੀ ਉਦਾਸੀ ਵੀ ਉੱਥੋਂ ਹੀ ਗਏ, ਦੂਜੀ ਉਦਾਸੀ ਵੀ ਉੱਥੋਂ ਹੀ ਗਏ, ਬਾਬਾ ਸ਼੍ਰੀ ਚੰਦ ਜੀ ਦਾ ਆਗਮਨ ਵੀ ਉੱਥੇ ਹੋਇਆ, ਬਾਬਾ ਲਖਮੀ ਚੰਦ ਜੀ ਦਾ ਵੀ। ਆਖੋ ਸਤਨਾਮ। ਉੱਤਰ ਗੁਰੂ ਨਾਨਕ ਦੋ ਮਿੰਟ ਕਿਤੇ ਚਰਨ ਪਾਵੇ ਮਾਣ ਨਹੀਂ, ਜਿੱਥੇ 14 ਸਾਲ 9 ਮਹੀਨੇ 13 ਦਿਨ। ਕੈਸੀ ਐਨਰਜੀ, ਕੈਸੀ ਵਾਈਬ੍ਰੇਸ਼ਨ। ਇਹ ਉੱਥੋਂ ਦਾ ਪ੍ਰੋਗਰਾਮ PTC ਸਿਮਰਨ 'ਤੇ ਲਾਈਵ ਆਉਂਦਾ, ਉਹ ਕੁਦਰਤੀ ਇਹਨਾਂ ਨੇ ਮੋਬਾਈਲ 'ਚ ਲਾਇਆ PTC ਸਿਮਰਨ, ਗੱਡੀ 'ਚ ਜਾ ਰਹੀ ਕਿਹੜੇ, ਅਤੇ ਗੁਰਦੁਆਰਾ ਬੇਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਬੋਲ ਰਹੇ ਸੀ, ਉਹਨਾਂ ਨੂੰ ਵੀ 10 ਮਿੰਟ ਮਿਲੇ। ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਬੜੇ ਪ੍ਰੇਮ ਵਾਲੇ, ਉਹਨਾਂ ਇੱਕ ਗੱਲ ਸੁਣਾਈ ਸੁਲਤਾਨਪੁਰ ਲੋਧੀ ਸਟੇਜ 'ਤੇ। ਕਹਿਣ ਲੱਗੇ ਇੱਕ ਹਿੰਦੂ ਵੀਰ ਦਰਸ਼ਨ ਕਰਨ ਆਇਆ ਅਤੇ ਕੁਝ ਕਾਫੀ ਸੇਵਾ ਵੀ ਕੀਤੀ, ਉਹ ਕਹਿੰਦੇ ਚੌਂਕੜਾ ਮਾਰਿਆ ਅਤੇ ਜੁੜ ਗਿਆ, ਨੇਤਰਾਂ 'ਚੋਂ ਜਲ ਵਗੀ ਜਾਵੇ, ਸਿਮਰਨ ਚੱਲੀ ਜਾਵੇ, ਜੁੜ ਗਿਆ। ਕਹਿੰਦੇ 5 ਮਿੰਟ 10 ਮਿੰਟ 20 ਮਿੰਟ 25 ਮਿੰਟ 30 ਮਿੰਟ, ਉਹ ਹੈੱਡ ਗ੍ਰੰਥੀ ਕਹਿੰਦੇ ਮੈਂ ਲਾ ਤਾ, ਇੰਜ ਮੋਢਾ ਲਾਇਆ ਵਾ, ਅਤੇ ਕਹਿੰਦੇ ਥੋੜ੍ਹੇ ਜਿਹੇ ਨੇਤਰ ਖੋਲ੍ਹ ਕੇ ਨਾ, ਉਹ ਹਿੰਦੂ ਵੀਰ ਦੇ ਮੁੱਖ 'ਚੋਂ ਇੰਨਾ ਹੀ ਨਿਕਲਿਆ, ਹਿਲਾਨਾ ਨਹੀਂ ਥਾ। ਆਖੋ ਸਾਤ, ਹਿਲਾਨਾ ਨਹੀਂ ਥਾ। ਉਹ ਹੈੱਡ ਗ੍ਰੰਥੀ ਸਾਹਿਬ ਕਹਿੰਦੇ ਵੀ ਮੇਰੇ ਮੂੰਹ 'ਚੋਂ ਨਿਕਲਿਆ, ਸਰੋਪਾ ਦੇਣਾ ਹੈ, ਸਰੋਪਾ ਦੇਣਾ ਹੈ। ਕਹਿੰਦੇ ਉਹ ਜਿਹੜਾ ਹਿੰਦੂ ਵੀਰ ਜੁੜਿਆ ਪਿਆ ਸੀ ਨਾ, ਉਹਦੇ ਮੂੰਹ 'ਚੋਂ ਅੱਗੋਂ ਨਿਕਲਿਆ, ਉਹ ਤੋਂ ਪਹਿਲਾਂ ਹੀ ਮਿਲ ਚੁੱਕਾ ਹੈ। ਉਹ ਹੈੱਡ ਗ੍ਰੰਥੀ ਸਾਹਿਬ ਕਹਿੰਦੇ ਫਿਰ ਮੈਂ ਹੁਣ ਇਹ ਹੁਣ ਜੁੜਿਆ ਪਿਆ। ਕਹਿੰਦੇ ਜਦੋਂ ਘੰਟੇ ਡੇਢ ਬਾਅਦ ਆਪੇ ਉਹਨੇ ਖੁਸ਼ੀ ਨਾਲ ਅੱਖਾਂ ਖੋਲੀਆਂ, ਉਹਦੇ ਮੂੰਹ 'ਚੋਂ ਇੱਕ ਗੱਲ ਨਿਕਲੀ, ਉਹ ਸੁਣਿਓ ਤੁਸੀਂ, ਜ਼ਰੂਰ ਜਾਇਓ। ਉਹ ਹਿੰਦੂ ਵੀਰ ਦੇ ਮੂੰਹ 'ਚੋਂ ਕੀ ਗੱਲ ਨਿਕਲੀ, ਕਹਿੰਦਾ ਇਹ ਸੁਲਤਾਨਪੁਰ ਕੀ ਧਰਤੀ ਪਰ ਐਨਰਜੀ ਹੈ, ਐਨਰਜੀ ਐਨਰਜੀ ਸਮਝਦੇ ਹੋ, ਵਾਈਬ੍ਰੇਸ਼ਨ, ਨਾਮ ਵਾਲੀ ਐਨਰਜੀ ਹੈ, ਵਾਈਬ੍ਰੇਸ਼ਨ ਹੈ। ਉਹ ਹੈੱਡ ਗ੍ਰੰਥੀ ਕਹਿੰਦੇ ਵੀ ਮੈਂ ਕਿਹਾ ਵਾਕੇ ਜਿੱਥੇ 14 ਸਾਲ 9 ਮਹੀਨੇ ਐਡਾ ਲੰਮਾ ਸਮਾਂ, 14 ਸਾਲ 9 ਮਹੀਨੇ 13 ਦਿਨ ਬਾਬਾ ਲਗਾਤਾਰ ਰਿਹਾ ਹੋਵੇ, 2 ਮਿੰਟ ਕਿਤੇ ਚਲੇ ਜਾਣ ਉਹ ਨਹੀਂ ਮਾਣ ਕਹੋ। ਬਾਬਾ ਨਾਨਕ ਦੇ ਇੱਕ ਇੱਕ ਰੋਮ ਵਿੱਚ ਕਈ ਕਈ ਬ੍ਰਹਿਮੰਡ ਵਸਦੇ। ਆਖੋ ਸਤਨਾਮ। ਲੂੰ ਲੂੰ ਵਿੱਚ ਰੱਖੀਆਂ, ਲੂੰ ਲੂੰ ਦਾ ਅਰਥ ਰੋਮ ਰੋਮ, ਕਰਵਰ ਭੰਡ ਕਰੋੜ ਸਮਾਈ। ਉਹ ਗੁਰੂ ਨਾਨਕ 14 ਸਾਲ 9 ਮਹੀਨੇ 13 ਦਿਨ ਜਿਹੜੀ ਜਗ੍ਹਾ 'ਤੇ ਰਹੇ ਹੋਣ, ਆਪੇ ਅੰਦਾਜ਼ਾ ਲਾ ਲਓ ਉੱਥੇ ਕਿੰਨੀ ਨਾਮ ਵਾਲੀ ਐਨਰਜੀ ਹੋਏਗੀ, ਕਿੰਨੀ ਐਨਰਜੀ। ਔਰ ਜਮਨਾਪਾਰ ਵਾਲਿਓ, ਇਸ ਗੱਲ ਨੂੰ ਸਾਇੰਸ ਨੇ ਮੰਨਿਆ, ਸਾਇੰਸ ਨੇ, ਸਾਇੰਸ ਮੰਨਦੀ ਹੈ ਕਿ ਜਿਸ ਬੀਬੀ ਭੈਣ ਨੂੰ ਸਮਾਂ ਬਣਦਾ ਨਾ ਬੱਚੇ ਦਾ, ਜੇ ਉਹ ਗਾਣੇ ਸੁਣ ਰਹੀ ਹੈ, ਪਿਕਚਰਾਂ ਵੇਖ ਰਹੀ ਹੈ, ਤਾਂ ਸਾਇੰਸ ਨੇ ਮੰਨਿਆ ਉਹ ਅਸਰ ਉਸ 'ਤੇ ਪਏਗਾ ਬੱਚੇ 'ਤੇ। ਅਤੇ ਬੱਚਾ ਗਰਭ 'ਚ ਹੈ ਤਾਂ ਜੇ ਉਸ ਸਮੇਂ 'ਚ ਉਹਨੇ ਸ਼ਬਦ ਕੀਰਤਨ ਨਿਤਨੇਮ ਬਾਣੀ ਦਾ ਪਹਿਰਾ ਵਧਾਇਆ ਉਹ 8-9 ਮਹੀਨੇ, ਅਤੇ ਕਹਿੰਦੇ ਉਹ ਬੱਚੇ ਦੀ ਵੀ ਵਾਈਬ੍ਰੇਸ਼ਨ ਸਾਰੀ ਨਾਮ ਵਾਲੀ ਬਣੇ। ਕਹਿੰਦੇ ਉਹ ਗੱਜ ਕੇ ਸਾਰ, ਅਤੇ ਜਿਸ ਜਗ੍ਹਾ 'ਤੇ ਪਿਤਾ ਜੀ ਨੇ ਇੰਨਾ ਲੰਮਾ ਸਮਾਂ, ਉਸ ਜਗ੍ਹਾ 'ਤੇ ਕਿਵੇਂ ਨਹੀਂ ਐਨਰਜੀ ਹੋਏਗੀ, ਗੱਜ ਕੇ ਆਖੋ ਸਾਧਨਾ, ਕਿਵੇਂ ਨਹੀਂ ਨਾਮ ਦੀ ਵਾਈਬ੍ਰੇਸ਼ਨ ਲਾਇਓ, ਨਾਲ ਨਾਲ ਯਾਤਰਾ ਕਰਿਓ ਜੀ। ਸਾ ਧਰਤੀ ਪਈ ਹਰਿਆਵਲੀ, ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤ ਗੁਰ ਸਤਿ ਗੁਰ ਬੈਠਾਇਆ ਏ,
ਸਿੱਧ ਮੇਰਾ ਦੁਆਰੀ ਜਿੱਥੇ ਮੇਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਸਾਰੇ ਬੋਲਿਓ ਤੇਰਿਆਂ ਚਰਣਾ ਕੋ ਬਲਿਹਾਰਾ ਤੇਰਿਆਂ ਚਰਣਾ ਕੋ ਬਲਿਹਾਰਾ ਤੇਰਿਆਂ ਚਰਣਾ ਕੋ ਬਲਿਹਾਰਾ ਓ ਤੇਰਿਆਂ ਚਰਣਾ ਕੋ ਬਲਿਹਾਰਾ ਜਿੱਥੇ ਮੇਰਾ ਸਤਿ ਗੁਰ ਬੈਠਾਇਆ ਜਿੱਥੇ ਮੇਰਾ ਸਤਿ ਗੁਰ ਗੱਲ ਮੈਂ ਛੱਡ ਗਿਆ ਵਿੱਚੋਂ ਗੁਰੂ ਨਾਨਕ ਦੇ ਚਰਨ ਪਏ 14 ਸਾਲ 9 ਮਹੀਨੇ 13 ਦਿਨ ਜਿਹੜਾ ਵਿੱਚ ਆਉਂਦੇ ਜਾਂਦੇ ਰਹੇ ਵੱਖਰਾ ਇੱਕ ਸੀਸ ਝੁਕਾਇਓ ਬੜੀ ਵੱਡੀ ਰੂਹ ਜਿਹਦਾ ਕਹਿਆ ਬਾਬਾ ਨਾਨਕ ਮੋੜਦਾ ਹੀ ਨਹੀਂ ਬੇਬੇ ਨਾਨਕੀ ਦੇ ਵਿੱਚ ਚਰਨ ਆਖੋ ਸਾਧਨ ਹਾਂ ਕਿੰਨਾ ਲੰਮਾ ਸਮਾਂ ਕਿੰਨਾ ਲੰਮਾ ਇਹ ਹੁਣ ਜਾਓਗੇ ਤੇ ਉਹ ਗੁਰਦੁਆਰੇ ਦਾ ਨਾਂ ਹੈ ਬੇਬੇ ਨਾਨਕੀ ਦਾ ਘਰ ਆਖੋ ਸਤਨਾਮ ਜਿੱਥੇ ਬੇਬੇ ਨਾਨਕੀ ਜੀ ਵਿਆਹੇ ਥੱਲੇ ਖੂਹ ਹੈ ਜੀ ਉਸ ਵੇਲੇ ਦਾ ਖੂਹ ਹੈ ਅਜੇ ਤੱਕ ਵੀ ਜਲ ਹੈ ਅਸੀਂ ਸੀਸ 'ਚ ਪਾਇਆ ਜਲ ਫਿਰ ਰਸਨਾ ਨੂੰ ਲਾਇਆ ਮੈਂ ਕਿਹਾ ਧੰਨ ਬੇਬੇ ਨਾਨਕੀ ਜਿੰਨੀ ਸੰਗਤ ਜਾਓਗੇ ਨਾ ਤਾਂ ਸ਼ਰਧਾ ਨਾ ਜਾਣਾ ਕਿਉਂਕਿ ਬੇਬੇ ਨਾਨਕੀ ਨੂੰ ਬੜਾ ਪਿਆਰ ਕਰਦੇ ਸੀ ਬਾਬਾ ਨਾਨਕ ਇੱਥੋਂ ਤੱਕ ਕਿਹਾ ਸੀ ਬੇਬੇ ਪਹਿਲੀ ਦਾਸੀ ਦੂਜੀ ਉੱਥੋਂ ਗਏ ਤੇ ਉਹਨਾਂ ਮਨ ਭਰ ਲਿਆ ਕਹਿੰਦੇ ਸੀ ਬੇਬੇ ਤੇਰੇ ਨਾਲ ਵਚਨ ਕਰਦੇ ਹਾਂ ਜਦੋਂ ਯਾਦ ਕਰੇਗੀ ਉਸੇ ਵੇਲੇ ਆਵਾਂਗੇ ਉਸੇ ਵੇਲੇ ਫਿਰ ਉਹ ਭਾਈ ਵੀਰ ਸਿੰਘ ਨੇ ਲਿਖਿਆ ਨਾ ਵੀ ਜਦੋਂ ਬਹੁਤ ਵਿਰਾਗ ਬੇਬੇ ਜੀ ਆਹ ਬੋਲਦੇ ਸੀ ਵੀਰਾ ਦਰਸ਼ਨ ਦਰਸ਼ਨ ਦੇਈ ਵੀਰਾ ਦਰਸ਼ਨ ਦੇਈ ਨਾ ਬੋਲੋ ਪ੍ਰਸ਼ਾਦਾ ਗਰਮ ਗਰਮ ਮੱਖਣ ਦੀ ਟਿੱਕੀ ਉੱਤੇ ਮੱਖਣ ਦਾ ਪੇੜਾ ਟਿੱਕੀਆਂ ਹੁਣ ਆ ਗਈਆਂ ਆਖੋ ਸਾਧਨਾ ਉਦੋਂ ਪੇੜਾ ਹੁੰਦਾ ਬਹੁਤ ਵਿਰਾਗ ਵੀਰਾ ਦਰਸ਼ਨ ਦੇਈ ਤੇ ਮਹਾਰਾਜ ਕਹਿੰਦੇ ਸੀ ਬੇਬੇ ਜੀ ਜਦੋਂ ਯਾਦ ਉਹਨਾਂ ਲਈ ਕਿਹੜੀ ਵੱਡੀ ਗੱਲ ਆਪੇ ਸੁਖਮ ਆਪੇ ਅਸਤੂਲਾ ਨਿਰਗੁਣ ਆਪ ਸਰਗੁਣ ਵੀ ਹੋਈ ਮਰਦਾਨਿਆਂ 'ਚ ਭੈਣ ਯਾਦ ਕਰ ਰਹੀ ਬੇਬੇ ਯਾਦ ਕਰ ਰਹੀ ਅਤੇ ਭਾਈ ਵੀਰ ਸਿੰਘ ਲਫਜ਼ ਲਿਖੇ ਆ ਵੀ ਉਹ ਇੰਝ ਕਹਿੰਦੇ ਸੀ ਵੀਰਾ ਦਰਸ਼ਨ ਦੇਈ ਅਤੇ ਜਦੋਂ ਗੁਰੂ ਨਾਨਕ ਸਾਹਿਬ ਆ ਜਾਂਦੇ ਸੀ ਅਤੇ ਆਉਂਦਿਆਂ ਹੀ ਫਿਰ ਭੈਣ ਦੀਆਂ ਅੱਖਾਂ ਬੰਦ ਹੁੰਦੀਆਂ ਸੀ ਬੇਬੇ ਦੀਆਂ ਆਉਂਦਿਆਂ ਕਹਿੰਦੇ ਸੀ ਬੇਬੇ ਜੀ ਅਸੀਂ ਆ ਗਏ ਬੇਬੇ ਜੀ ਅਸੀਂ ਆ ਗਏ ਬੇਬੇ ਬੇਬੇ ਜੀ ਅਸੀਂ ਆ ਗਏ ਸਾਡੇ ਬਾਬਾ ਆਨੰਦ ਸਿੰਘ ਜੀ ਇਹ ਸਾਦੇ ਹੋਏ ਸੀ ਨਾ ਬੇਬੇ ਨਾਨਕੇ ਦੀ ਸੱਦ ਬੜੇ ਪਿਆਰ ਨਾਲ ਸੁਣਦੇ ਸੀ ਸੰਤ ਸੁਜਾਨ ਸਿੰਘ ਜਾਂ ਹੋਰ ਜਿਹੜੇ ਰਾਗੀਆਂ ਸੁਣਾਣੀ ਉਹ ਬਣਾਈ ਹੋਈ ਸੀ ਬੇਬੇ ਨਾਨਕੀ ਦੀ ਸੱਦ ਬਈ ਉਹ ਜਦੋਂ ਪੁਕਾਰਦੇ ਸੀ ਉਹਦੀ ਸੱਦ ਜਿਹੜੀ ਬਾਬਾ ਜੀ ਬਹੁਤ ਵਿਰਾਗ ਸੁਣਦੇ ਹੁੰਦੇ ਹਰ ਥੋੜ੍ਹੇ ਦਿਨਾਂ ਬਾਅਦ ਕਹਿਣਾ ਬੇਬੇ ਨਾਨਕੀ ਦੀ ਸੱਦ ਸੁਣਨਾ ਜਿਹੜੀ ਗੱਲ ਮੈਂ ਕਹਿਣੀ ਚਾਹ ਰਿਹਾ ਬੇਬੇ ਨਾਨਕੀ ਦੀ ਵੀ ਕਮਾਈ ਘੱਟ ਨਹੀਂ ਉਹਨਾਂ ਦੇ ਚਰਨ ਕਿੰਨਾ ਚਿਹਰ ਅਤੇ ਕਿੰਨੀ ਐਨਰਜੀ ਹੋਏਗੀ ਉੱਥੇ ਕਿੰਨੀ ਵਾਈਬ੍ਰੇਸ਼ਨ
ਔਰ ਇੱਕ ਗੱਲ ਕਰਾਂ, ਪਰਚਾ ਨਾ ਪਵੇ, ਕੰਮ ਜਾਇਜ਼ ਹੋਵੇ, ਕੰਮ ਜਾਇਜ਼ ਹੋਵੇ, ਕੋਈ ਕੰਮ ਰੁਕ ਜੇ ਤੇ ਬਾਬਾ ਨਾ ਨਾ ਮੰਨੇ, ਬੇਬੇ ਨੂੰ ਮਨਾ ਲਿਆ ਕਰੋ, ਆਖੋ ਸਾਧਨਾ ਬੇਬੇ ਨਾਨਕੀ ਦੇ ਅਰਦਾਸ ਕਰ ਦਿਆ ਕਰੋ, ਬੇਬੇ ਨਾਨਕੀ ਜੀ ਕਿਰਪਾ ਕਰ ਦਿਓ, ਬੜਾ ਤਕੜਾ ਵਿਚੋਲਾ ਬੇਬੇ ਨਾਨਕੀ ਦਾ ਕਹਿਆ, ਬਾਬਾ ਨਾਨਕ ਮੋੜਦਾ ਹੀ ਨਹੀਂ, ਕਿ ਜਕਾਰਾ ਦਿਓ ਬਲਾ ਇੱਕ ਸਿੰਘ ਸਾਹਿਬ ਤੁਸੀਂ ਨਾਂ ਸੁਣਿਆ, ਗਿਆਨੀ ਜਸਵੰਤ ਸਿੰਘ ਜੀ, ਇਹ ਹੁਣ ਸੁਲਤਾਨਪੁਰ ਲੋਧੀ ਉਹਨਾਂ ਦੀ ਹਾਜ਼ਰੀ ਸੀ, ਉਹਨਾਂ ਇੱਕ ਗੱਲ ਕਹੀ ਮੈਨੂੰ ਬੜੀ ਵਧੀਆ ਲੱਗੀ, ਉਹ ਕਹਿੰਦੇ ਮੈਨੂੰ ਜਾਪ ਸਾਹਿਬ ਦਾ ਪਾਠ ਜਵਾਨੀ ਨਹੀਂ ਸੀ ਯਾਦ ਹੁੰਦਾ, ਆਖੋ ਸਾਧਨਾ ਜਾਪ ਸਾਹਿਬ, ਕਹਿੰਦੇ ਦੋ ਮਹੀਨੇ ਹੋ ਗਏ ਮੈਨੂੰ ਲੱਗਿਆ ਅਤੇ ਜਵਾਨੀ ਯਾਦ ਨਾ ਹੋਵੇ, ਜਾਪ ਸਾਹਿਬ ਔਖੀ ਬਣੀ, ਕਹਿੰਦੇ ਕਰੀਏ ਕੀ, ਮੈਂ ਸੋਚਿਆ ਉਹ ਮਨ 'ਚ ਫੁਰਨਾ ਬਣ ਗਿਆ, ਉਹ ਸਿੰਘ ਸਾਹਿਬ ਨੇ ਸਟੇਜ ਤੋਂ ਬਚਨ ਸੁਣਾਇਆ, ਕਹਿੰਦੇ ਮੈਂ ਅਰਦਾਸ ਕਰਤੀ ਗੁਰੂ ਨਾਨਕ ਸਾਹਿਬ ਤੁਸੀਂ ਮੇਰੇ ਪਿਤਾ ਹੋ ਪਿਓ, ਅਤੇ ਬੇਬੇ ਨਾਨਕੀ ਭੂਆ ਲੱਗੀ, ਆਖੋ ਸਾਧਨਾ ਭਰਾ ਪਿਤਾ ਦੀ ਭੈਣ ਭੂਆ ਹੁੰਦੀ ਹੈ, ਤੁਸੀਂ ਕਈ ਵਾਰੀ ਨੋਟ ਕਰੋ ਵੀ ਪਿਤਾ ਮਾੜਾ ਮੋਟਾ ਮਾਰਦਾ ਹੋਵੇ ਨਾ ਤਾਂ ਭੂਆ ਆ ਕੇ ਬਚਾਉਂਦੀ, ਚੱਲ ਰਹਿਣ ਦਿਓ ਕੁਝ ਨਹੀਂ ਹੁੰਦਾ, ਉਹ ਦਰਦ ਰੱਖਦੀ, ਕਹਿੰਦੇ ਮੈਂ ਅਰਦਾਸ ਕਰਤੀ ਬੇਬੇ ਨਾਨਕੀ ਜੀ, ਗੁਰੂ ਨਾਨਕ ਮੇਰਾ ਪਿਤਾ ਏ, ਤੁਸੀਂ ਭੂਆ ਲੱਗੇ, ਮੈਨੂੰ ਜਾਪ ਸਾਹਿਬ ਜਵਾਨੀ ਨਹੀਂ ਹੁੰਦਾ, ਤੁਸੀਂ ਮੇਰੀ ਸਿਫਾਰਿਸ਼ ਕਰ ਦਿਓ ਗੁਰੂ ਨਾਨਕ ਅੱਗੇ, ਮੈਨੂੰ ਜਾਪ ਸਾਹਿਬ ਜਵਾਨੀ ਯਾਦ ਹੋ ਜੇ, ਉਹਨਾਂ ਸਟੇਜ ਤੋਂ ਗੱਲ ਸੁਣਾਈ, ਕਹਿੰਦੇ ਜਿਸ ਦਿਨ ਅਰਦਾਸ ਕੀਤੀ ਅਗਲੇ ਦਿਨ ਇੱਕ ਦਿਨ ਵਿੱਚ ਮੈਨੂੰ ਸਾਰਾ ਜਾਪ ਸਾਹਿਬ ਜਵਾਨੀ ਕੰਟ ਹੋ ਗਿਆ, ਕੀ ਕਹੋਗੇ ਇਹਨੂੰ, ਕੀ ਕਹੋਗੇ ਬੇਬੇ ਨਾਨਕੀ ਦਾ, ਇੱਕ ਇੱਕ ਰੋਮ 'ਚ ਪੂਰਾ ਸਤਿਕਾਰ ਰੱਖਿਓ, ਬੇਬੇ ਨਾਨਕੀ ਗੁਰੂ ਨਾਨਕ ਨੂੰ ਸਿਫਾਰਿਸ਼ ਕਰ ਦੇਵੇ, ਬਾਬੇ ਨਾਨਕ ਜੀ ਮੋੜ ਹੀ ਨਹੀਂ ਸਕਦੇ, ਕੰਮ ਜਾਇਜ਼ ਹੋਵੇ, ਆਖੋ ਸਰ ਨਜਾਇਜ਼ ਨਾ ਹੋਵੇ, ਉਹਨਾਂ ਦੇ ਚਰਨ ਕਿੰਨਾ ਚਿਰ, ਜਦੋਂ ਦੇ ਵਿਆਹ ਫਿਰ ਕਿਵੇਂ ਨਾ ਕਹੀਏ, ਸਾ ਧਰਤੀ ਪਈ, ਚਲੋ 5 ਮਿੰਟ ਹੋਰ ਸਹਿਯੋਗ ਦੇਣਾ ਜੀ, ਬਸ ਧਰਤੀ ਪਈ ਹਰਿਆ ਜਿੱਥੇ ਮੇਰਾ ਸਤ ਗੁਰ ਬੈਠਾ, ਵੇਲਾ ਜਿੱਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿੱਤ ਜਿੱਤ ਦਰਸ਼ਨ ਕਰਨਾ, ਹੋ ਭਲੇ ਹਾਰੀ ਸਤਿਗੁਰ ਚਰਣਾ, ਜਿੱਥੇ ਮੇਰਾ ਸਤਿਗੁਰ ਜਿੱਥੇ ਮੋਦੀ ਖਾਨਾ, ਉਹ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਹੱਟ ਸਾਹਿਬ, ਚੰਗਾ ਤਕੜਾ ਮੋਦੀ ਖਾਨਾ, ਗੁਰੂ ਨਾਨਕ ਸਾਹਿਬ ਉਹ ਵੱਟਿਆਂ ਦੇ ਦਰਸ਼ਨ, ਹੁਣ ਇੱਕ ਦਿਨ ਸੌਦਾ ਮੰਗਿਆ, 1, 2, 3, 4 ਕਰਦੇ 11
ਬਾਰਾਂ ਸਾਰੇ ਬੋਲੋ ਤੇਰਾਂ ਤੇਰਾਂ ਤੇ ਤੇਰਾਂ 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 ਗਿਰਤੀ ਰੁਕ ਗਈ ਆਖੋ ਸਾਧਨਾ ਰੁਕ ਨਹੀਂ ਗਈ ਜੁੜ ਗਈ ਆਖੋ ਸਾਧਨਾ ਤੇਰਾ ਤੇਰਾ ਮੈਂ ਤੇਰਾ ਮੋਦੀ ਖਾਨਾ ਤੇਰਾ ਸੌਦਾ ਲੈਣ ਵਾਲਾ ਤੇਰਾ ਸ੍ਰਿਸ਼ਟੀ ਤੇਰੀ ਜੁੜ ਗਈ ਮਹਾਰਾਜ ਜੀ ਵਿਆਹ ਏ ਬੱਚੀ ਦਾ ਸਮਰੱਥਾ ਨਹੀਂ ਲੈ ਜਾ ਤੇਰਾ ਮਹਾਰਾਜ ਜੀ ਫਲਾਣਾ ਘਰੋਂ ਚੜ੍ਹਾਈ ਕਰ ਗਿਆ ਉਹਦਾ ਸਾਰਾ ਪ੍ਰੋਗਰਾਮ ਲੈ ਜਾ ਤੇਰਾ ਤੇਰਾ ਬੋਲਿਓ ਇੱਕ ਮਿੰਟ ਬੇਬੇ ਨਾਨਕੀ ਦਾ ਵੇੜਾ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਨਾਨਕੀ ਦਾ ਵੇੜਾ ਜਿੱਥੇ ਖੋਲੇ ਤੇਰਾ ਤੇਰਾ ਹਫ਼ਤੇ ਨੂੰ ਮਹੀਨੇ ਨੂੰ ਦੋ ਮਹੀਨੇ ਨੂੰ ਜਦੋਂ ਦਰਸ਼ਨ ਕਰੋਗੇ ਨਾ ਗੁਰਦੁਆਰਾ ਹੱਟ ਸਾਹਿਬ ਜੀ ਸਾਰੇ ਦਰਸ਼ਨ ਕਰਕੇ ਪੁੱਛਿਓ ਬਾਬਾ ਜੀ ਇਹ ਗੁਰਦੁਆਰਾ ਕੀ ਉਪਦੇਸ਼ ਦੇ ਰਿਹਾ ਇਹ ਹੱਟ ਸਾਹਿਬ ਕੀ ਉਪਦੇਸ਼ ਦੇ ਰਿਹਾ ਅਤੇ ਗੁਰੂ ਨਾਨਕ ਸਾਹਿਬ ਤੁਹਾਨੂੰ ਕਹਿਣਗੇ ਇਹ ਗੁਰਦੁਆਰਾ ਉਪਦੇਸ਼ ਦੇ ਰਿਹਾ ਜ਼ਿਆਦਾ ਕੰਜੂਸ ਨਾ ਬਣੀ ਮੀਸਣਾ ਨਾ ਬਣੀ ਰਾਜ ਆਵਾਜ਼ ਆਏਗੀ ਰੱਜ ਰੱਖ ਅੰਦਰ ਰੱਜ ਜਿੱਥੇ ਰੱਜ ਹੈ ਉੱਥੇ ਬਰਕਤ ਹੈ ਬਰਕਤ ਜ਼ਿੰਦਗੀ 'ਚ ਰੱਜ ਕਰ ਪੈਦਾ ਤੇਰਾ ਤੇਰਾ ਰੱਜ ਮੈਨੂੰ ਨਹੀਂ ਪਤਾ ਹੁਣ ਤੁਹਾਡੇ 'ਚੋਂ ਕੋਈ ਬਜਾਜੀ ਵਾਲਾ ਬੈਠਾ ਹੋਵੇ ਕੱਪੜੇ ਦਾ ਥਾਨ 50 ਮੀਟਰ ਦਾ ਬੀਬੀ ਨੇ 5 ਮੀਟਰ ਮੰਗਿਆ ਕਿਸੇ ਨੇ 6 ਮੀਟਰ ਮੰਗਿਆ ਕਿਸੇ 10 ਮੀਟਰ ਉਹ ਜਦੋਂ ਮਿਣ ਕੇ ਦੇਣਾ ਇਸ ਤਰ੍ਹਾਂ ਨਾ ਮਿਣੀ ਕਿ ਖੀਰ 'ਤੇ ਘੱਟ ਨਾ ਜਾਏ ਘੱਟ ਘੱਟ ਮਿਣਾ ਮੀਟਰ 5 ਮੀਟਰ ਮੰਗਿਆ ਅੱਧਾ ਇੰਚ ਪੌਣਾ ਇੰਚ ਵੱਧ ਦਹੀਂ ਗੁਰੂ ਨਾਨਕ ਕਹਿੰਦੇ ਤੇਰੇ 13-13 ਗੱਲੇ 'ਚ ਵਰਤੇਗੀ ਕਦੀ ਘਟੇਗਾ ਨਹੀਂ ਕਰਿਆਣੇ ਦਾ ਕੰਮ ਹੈ ਖੰਡ ਦੀ ਬੋਰੀ 100 ਕਿਲੋ ਦੀ ਕੋਈ 5 ਕਿਲੋ ਮੰਗ ਰਿਹਾ ਕੋਈ 7 ਕਿਲੋ ਕੋਈ 10 ਕਿਲੋ ਮਾੜਾ ਤੋਲ ਵੱਧ ਰੱਖੀ ਆਹ ਸਾਡੀ 13-13 ਘੱਟ ਨਾ ਰੱਖੀ ਥੋੜ੍ਹਾ ਵੱਧ ਰੱਖੀ ਉੱਥੇ ਬਰਕਤ ਗੁਰੂ ਨਾਨਕ ਦੀ ਪਏਗੀ ਆਖੋ ਸਾਧਨਾ ਉੱਥੇ ਵਸੇ ਸਾਡੀ ਆਹ 13 ਸਾਡਾ ਇੱਕ ਸਾਥੀ ਅੱਜ ਆਇਆ ਨਹੀਂ ਉਹਦਾ ਕਰੋਕਰੀ ਦਾ ਕੰਮ 7-8 ਸਾਲ ਦੀ ਗੱਲ ਹੈ ਵੀ
ਦਿਵਾਲੀ ਨੂੰ ਹਫ਼ਤਾ ਕੁ ਲੰਘਿਆ ਸੀ ਅਤੇ ਅਸੀਂ ਟ੍ਰੇਨ 'ਚ ਜਾ ਰਹੇ ਸੀ ਕੀਰਤਨ ਕਰਨ। ਮੈਨੂੰ ਕਹਿੰਦਾ ਵੀ 40-50 ਰੁਕੇ ਨੇ ਦਿਵਾਲੀ ਦੇ ਦਿਨਾਂ 'ਚ ਰਸ਼ ਬੜਾ ਹੁੰਦਾ ਅਤੇ ਰੁਕੇ ਨਹੀਂ ਸੋਧੇ ਗਏ ਦੁਕਾਨ ਦੇ, ਲੋਕਾਂ ਕੋਲ ਸਮਾਨ ਆਉਂਦਾ ਰਿਹਾ। ਕਹਿੰਦਾ ਮੈਂ ਉਤਲੀ ਸੀਟ 'ਤੇ ਜਾ ਕੇ ਰੁਕੇ ਸੋਧ ਲਾਂ। ਮੈਂ ਕਿਹਾ ਸੋਧ ਲੈ। ਟ੍ਰੇਨ ਦੀ ਉਤਲੀ ਸੀਟ 'ਤੇ ਬਹਿ ਗਿਆ ਅਸੀਂ ਥੱਲੇ ਬੈਠੇ। 15-20 ਮਿੰਟ ਬਾਅਦ ਨਾ ਉੱਤੋਂ ਆਵਾਜ਼ ਆਈ, ਰੁਕੇ ਸੋਧਦਾ ਪਿਆ, ਆਵਾਜ਼ ਆਈ ਖੱਟਿਆ। ਮੈਂ ਥੱਲੋਂ ਵੇਖਿਆ ਉੱਪਰ, ਮੈਂ ਕੀ ਖੱਟਿਆ? ਕਹਿੰਦਾ ਕਿਸੇ ਦੁਕਾਨਦਾਰ ਕੋਲ 2000 ਰੁਪਇਆ ਵੱਧ ਲੱਗ ਗਿਆ ਜੋੜ 'ਚ, ਅਤੇ ਹੁਣ ਮੈਂ ਅੰਮ੍ਰਿਤਸਰ ਵਾਪਸ ਜਾਵਾਂਗਾ ਕੀਰਤਨ ਤੋਂ ਬਾਅਦ, ਕੀਰਤਨ 1-2 ਦਿਨਾਂ ਦੇ, ਅਤੇ ਉਹ ਰੁਕਾ ਵਿਖਾ ਕੇ 2000 ਲਵਾਂਗਾ। ਦਿਵਾਲੀ ਦੇ ਦਿਨਾਂ 'ਚ ਸੋਧੇ ਨਹੀਂ ਗਏ ਰੁਕੇ, ਉਹ 2000 ਮੈਂ ਵਾਪਸ ਲਾਂਗਾ ਵੀ ਉਹਦੇ ਹੱਥਾਂ ਦਾ ਰੁਕਾ ਜੋੜ 'ਚ ਵੱਧ ਲੱਗਾ। ਜਦੋਂ ਥੱਲੇ ਆਇਆ ਨਾ 15-20 ਮਿੰਟ ਬਾਅਦ, ਮੈਂ ਹਾਸੇ ਨਾਲ ਕਿਹਾ, ਮੈਂ ਕਿਹਾ ਜੀ ਅਗਲੇ ਸਟੇਸ਼ਨ 'ਤੇ ਕੁਛ ਛਕਿਆ ਅਤੇ ਬਿੱਲ ਤੂੰ ਦੇਣਾ ਆਖੋ ਸਾਹਿਬ। ਕਹਿੰਦਾ ਉਹ ਕਿਉਂ? ਮੈਂ ਕਿਹਾ 2000 ਖੱਟਿਆ। ਇੰਜ ਸਿਰ ਲਾ ਕੇ ਕਹਿੰਦਾ, ਕਹਿੰਦਾ 2000 ਨਹੀਂ ਖੱਟਿਆ, 1000 ਖੱਟਿਆ। ਮੈਂ ਕਿਹਾ ਹੁਣੇ ਆਵਾਜ਼ 2000 ਦੀ ਆਈ ਸੀ, ਹੁਣ 1000। ਉਹਨੇ ਜਿਹੜੀ ਗੱਲ ਕਹੀ ਮੈਨੂੰ ਇੱਥੇ ਵੱਜੀ, ਉਹ ਬਣਿਓ। ਮੈਂ ਕਿਹਾ ਹੁਣੇ ਆਵਾਜ਼ 2000 ਦੀ ਆਈ ਸੀ, ਹੁਣ ਕਹਿੰਦਾ 1000 ਖੱਟਿਆ। ਅਤੇ ਪਤਾ ਕੀ ਕਹਿੰਦਾ? ਕਹਿੰਦਾ ਇੱਕ ਰੁਕੇ ਵਿੱਚ ਇੱਕ ਦੁਕਾਨਦਾਰ ਕੋਲੋਂ ਜੋੜ 'ਚ 1000 ਰੁਪਈਆ ਘੱਟ ਲੱਗਾ, ਉਹ ਮੈਂ ਜਾ ਕੇ ਦੇਣਾ ਵੀ ਹੈ, ਆ ਜੇ 13-13। ਨਹੀਂ ਤਾਂ ਕਿਸੇ ਕੋਲ ਘੱਟ ਲਏ ਜਾਣ, ਬੰਦਾ ਕਹਿੰਦਾ ਭੁੱਲਣ ਦਿਓ, ਆਖੋ ਸਾਧਨ ਹਾਂ ਆਪ ਯਾਦ ਕਰਾਏਗਾ, ਦੇ ਦਾਂਗੇ, ਨਹੀਂ ਤਾਂ ਭੁੱਲਣ ਦਿਓ, ਬਸ ਆ ਜੇ। ਬਾਬੇ ਨੇ ਦੁਕਾਨਦਾਰੀ ਸਿਖਾਈ, ਖੇਤੀ ਸਿਖਾਈ, ਨੌਕਰੀ ਸਿਖਾਈ, ਲੱਭੇਗਾ ਇਹੋ ਜਿਹਾ ਬਾਬਾ। ਜਦੋਂ ਨੇ ਕਿਹਾ ਨਾ 1000 ਰੁਪਏ ਮੋੜਨਾ, ਖੁਸ਼ੀ ਹੋਈ ਮੈਨੂੰ, ਇਹ ਵੱਡੀ ਗੱਲ। ਫਿਰ ਮੈਂ ਗੱਲ ਪੁੱਛੀ, ਤੁਸੀਂ ਸੁਣਿਓ, ਮੈਂ ਕਿਹਾ ਜਿਹਨੂੰ 1000 ਰੁਪਏ ਮੋੜਨਾ ਉਹ ਦੁਕਾਨਦਾਰ ਸਿੱਖ ਹੈ ਕਿ ਹਿੰਦੂ ਵੀਰ ਹੈ ਕਿ ਮੁਸਲਮਾਨ ਵੀਰ ਹੈ? ਦੁਕਾਨਦਾਰ ਹੈ। ਕਹਿੰਦਾ ਹਿੰਦੂ ਵੀਰ ਹੈ। ਉਹ ਦੁਕਾਨਦਾਰ ਹਿੰਦੂ ਵੀਰ ਹੈ। ਮੈਂ ਕਿਹਾ ਫਿਰ ਮੈਂ ਗੱਲ ਕਹਾਂ। ਕਹਿੰਦੇ ਕੀ? ਮੈਂ ਕਿਹਾ ਜਦੋਂ ਉਸ ਹਿੰਦੂ ਵੀਰ ਦੁਕਾਨਦਾਰ ਨੂੰ 10 ਨੋਟ 100-100 ਦੇ ਦੇਵੇਗਾ ਨਾ, ਇਹ ਤੇਰਾ 1000 ਰੁਪਈਆ ਘੱਟ ਲੱਗਾ ਅਤੇ ਲੈ ਲੈ। ਮੈਂ ਕਿਹਾ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ, ਜਦੋਂ 1000 ਰੁਪਏ ਹੱਥ 'ਚ ਫੜੇਗਾ ਉਹਦਾ ਸਿਰ ਤੇਰੇ ਵੱਲ ਬਾਅਦ 'ਚ ਝੁਕੇਗਾ, ਪਹਿਲੇ ਬਾਜਾਂ ਵਾਲੇ ਵੱਲ ਝੁਕੇਗਾ ਵੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਇਹੋ ਜਿਹੇ ਹੁੰਦੇ। ਦਸਤਾਰ ਵਾਲੇ ਸਿੰਘ ਇਹੋ ਜਿਹੇ ਹੁੰਦੇ, ਕਿਸੇ ਦਾ ਹੱਕ ਚਲਾ ਜਾਏ ਮੋੜਨਾ ਨੇ। ਆ ਜਿਹੜਾ ਸਾਰਾ ਇੱਥੋਂ ਦੀ ਕਮੇਟੀ, ਸਿਮਰ ਭਾਅ ਜੀ ਨਾਲ ਇਹਨਾਂ ਦੇ ਸਹਿਯੋਗੀ ਬੱਚੇ ਵੀਰ, ਇਹ ਉਪਰਾਲਾ ਕਈ ਦਿਨਾਂ ਤੋਂ ਕੀਤਾ, ਆਹ ਲੈ ਕੇ ਜਾਣਾ 550 ਸਾਲਾ, ਆਹ ਲੈ ਕੇ ਜਾਣਾ। ਜੇ ਸੁਲਤਾਨਪੁਰ ਲੋਧੀ ਜਾਓਗੇ, ਉਹ ਗੁਰਦੁਆਰਾ ਹੱਟ ਸਾਹਿਬ ਦੇ ਦਰਸ਼ਨ ਕਰੋਗੇ ਤਾਂ ਉਹਦੇ 'ਚੋਂ ਆਹ ਆਵਾਜ਼ ਉਪਦੇਸ਼ ਲੈ ਕੇ ਜਾਣਾ ਵੀ ਆਹ 13-13 ਆਖੋ ਸਾਧਨਾ, ਆਹ 13-13 ਬੇਬੇ ਨਾਨਕੀ ਦਾ ਜਿੱਥੇ ਕੋਲੇ ਤੇਰਾ ਸਮਾਪਤੀ ਕਰ ਰਹੇ ਹਾਂ ਜੀ। ਸਿਰਫ ਇੱਕ ਗੱਲ, ਚੁਗਲਖੋਰਾਂ ਨੇ ਬਾਬੇ ਨੂੰ ਵੀ ਨਹੀਂ ਛੱਡਿਆ, ਆਖੋ ਸਾਧਨਾ। ਉਹ ਚੁਗਲਖੋਰਾਂ ਨੇ ਚੁਗਲੀ ਕਰਤੀ, ਪਹਿਲੇ ਥੱਲੇ ਥੱਲੇ ਕਰਦੇ ਰਹੇ, ਅਤੇ ਅੱਜ ਲਿਖਿਆ ਵੀ ਜਿਹੜੇ ਥੱਲੇ ਦੇ ਐਲਕਾਰ ਹੁੰਦੇ ਨੇ ਸਿਪਾਹੀ ਕੋਈ ਹੋਰ, ਵੀ ਦੌਲਤ ਖਾਂ ਤੱਕ ਸੁਣਿਆ ਭੇਜੋ, ਉਹ ਲੁਟਾਈ ਜਾਂਦਾ ਜੇ 13-13 ਕਰਕੇ। ਉਹ ਜਿਹਨੂੰ ਕਹਿਣ ਉਹ ਸੁਣਿਆ ਅੱਗੇ ਦਵੇ ਹੀ ਨਾ, ਉਹ ਕਵੇ ਸਾਨੂੰ ਆਹ ਮੌਜ ਲੱਗੀ ਪਈ, ਆਖੋ ਸਾਧਨਾ, ਵੀ ਸਾਨੂੰ ਆਹ ਮੌਜ ਲੱਗੀ ਪਈ ਹੈ 13-13। ਬਾਬਾ ਰੋਕਦਾ ਹੀ ਕੁਝ ਨਹੀਂ, ਜੋ ਮਰਜ਼ੀ ਲਈ ਜਾਓ, ਅਤੇ ਅਸੀਂ ਸ਼ਿਕਾਇਤ ਕਰਕੇ ਆਪਣਾ ਨੁਕਸਾਨ ਕਰਨਾ? ਸਾਲ ਬਾਅਦ ਸ਼ਿਕਾਇਤ ਗਈ ਉੱਤੇ, ਸਾਲ ਬਾਅਦ ਉਹ ਲਫ਼ਜ਼ ਸੁਣਿਓ ਜਿਹੜੇ ਰਾਈਟਰਾਂ ਨੇ ਲਿਖੇ ਆ। ਦੌਲਤ ਖਾਂ ਕੋ ਸ਼ਿਕਾਇਤ ਪਤਾ ਕਿਵੇਂ ਗਈ? ਦੌਲਤ ਖਾਂ ਤੈਨੂੰ ਆਪਣਾ ਨਾਂ ਚੇਂਜ ਕਰਨਾ ਪੈਣਾ, ਆਖੋ ਸਾਧਨਾ। ਬੰਦਾ ਹੱਕਾ ਬੱਕਾ ਨਹੀਂ ਰਹਿ ਜਾਂਦਾ, ਜਿਹੜੇ ਸ਼ਿਕਾਇਤ ਕਰਨਾ ਇਹ ਦਿਮਾਗੀ ਕਿਨੇ?
ਦੌਲਤ ਖਾਂ ਤੈਨੂੰ ਆਪਣਾ ਨਾਂ ਚੇਂਜ ਕਰਨਾ ਪੈਂਦਾ। ਕਹਿੰਦਾ ਕੀ ਹੋਇਆ? ਕਹਿੰਦੇ ਨਹੀਂ, ਹੁਣ ਤੈਨੂੰ ਦੌਲਤ ਖਾਂ ਦੀ ਥਾਂ ਨਾਂ ਰੱਖਣਾ ਪੈਣਾ ਕੰਗਾਲ ਖਾਂ। ਦੌਲਤ ਹੁੰਦੀ ਮਾਇਆ, ਦੌਲਤ ਖਾਂ ਦੀ ਜਗ੍ਹਾ ਰੱਖਣਾ ਪੈਣਾ ਕੰਗਾਲ। ਕਹਿੰਦਾ ਕਿਉਂ? ਕਹਿੰਦੇ ਹੁਣ ਮੋਦੀ ਖਾਨੇ 'ਚ ਪਤਾ ਨਹੀਂ ਤੂੰ ਕਿਹਨੂੰ ਰੱਖ ਲਿਆ, ਉਹ ਤਾਂ ਇਸ ਤਰ੍ਹਾਂ ਵੰਡੀ ਜਾਂਦਾ ਲੇਖੇ ਤੋਂ ਬਿਨਾਂ, ਪੁੱਛਦਾ ਹੀ ਨਹੀਂ ਲੇਖਾ, ਇੰਝ ਵੱਡੀ ਜਾਂਦਾ ਲੱਗਦਾ ਤੂੰ ਕੰਗਾਲ ਹੋ ਜਾਣਾ। ਔਰ ਜਿਹੜੇ ਰਾਈਟਰ ਨੇ ਲਿਖਿਆ ਨਾ ਜੀ, ਹਾਏ ਹਾਏ, ਉਹਨੇ ਫਿਰ ਇੱਕ ਬ੍ਰੈਕਟ 'ਚ ਨਾ ਆਪਣਾ ਵਿਊ ਦਿੱਤਾ, ਕਹਿੰਦਾ ਸੱਚ 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 ਜਿਹੜਾ ਸ਼ਿਕਾਇਤ ਲਾ ਰਿਹਾ ਨਾ, ਕਹਿ ਰਿਹਾ ਉਹ ਲੇਖਾ ਲੁਖਾ ਵੇਖਦਾ ਹੀ ਨਹੀਂ, ਲੇਖਾ ਬਣਾਉਂਦਾ ਹੀ ਨਹੀਂ, ਲੇਖਾ ਪੜ੍ਹਦਾ ਹੀ ਨਹੀਂ, ਇੰਝ ਦਈ ਜਾ ਰਿਹਾ ਤੂੰ ਕੰਗਾਲ ਹੋ ਜਾਏਗਾ ਮੋਦੀ ਖਾਂ ਜਿਹਨੂੰ ਰੱਖ ਬੈਠਾ। ਉਹ ਫਿਰ ਰਾਈਟਰ ਆਪਣਾ ਵਿਊ ਲਿਖਦਾ ਬ੍ਰੈਕਟ 'ਚ, ਕਹਿੰਦਾ ਜੀ ਸੱਚ ਹੈ, ਜੀ ਸੱਚ ਹੈ, ਵਾਕਈ ਗੁਰੂ ਨਾਨਕ ਲੇਖੇ ਪੜ੍ਹਨ ਨਹੀਂ ਸੀ ਆਇਆ, ਲੇਖੇ ਪਾੜਨ ਹੀ ਆਇਆ ਸੀ। ਉਹ ਲੇਖੇ ਪੜ੍ਹਨ ਆਇਆ ਹੀ ਨਹੀਂ, ਲੇਖੇ ਕਰਨ ਆਇਆ ਹੀ ਨਹੀਂ, ਲੇਖੇ ਪਾੜਨ ਆਇਆ। ਕਹਿ ਦਿਓ ਗੱਜ ਕੇ ਸਾਧਨ, ਵਾਹਿਗੁਰੂ ਜੀ, ਉਹ ਲੇਖੇ ਪਾੜਨ ਆਇਆ। ਮੇਰੀ ਵੀ ਅਰਦਾਸ ਕਰਿਓ ਜੀ, ਸਾਨੂੰ ਲੇਖੇ ਵਿੱਚ ਨਾ ਲਿਆਈ ਬਾਬਾ ਨਾਨਕ, ਸਾਨੂੰ ਲੇਖੇ ਵਿੱਚ ਨਾ ਲਿਆਵੀ ਬਾਬਾ ਨਾਨਕ ਜੀ, ਸਾਨੂੰ ਲੇਖੇ ਵਿੱਚ ਨਾ ਲਿਆਵੀ ਬਾਬਾ ਨਾਨਕ ਜੀ, ਲੇਖੇ ਵਿੱਚ ਨਾ ਲਿਆਵੀ ਬਾਬਾ ਨਾਨਕ ਜੀ, ਸਾਨੂੰ ਲੇਖੇ ਵਿੱਚ ਨਾ ਸਾਨੂੰ ਲੇਖੇ ਵਿੱਚ ਨਾ ਲਿਆਵੀ ਬਾਬਾ ਨਾਨਕ ਜੀ, ਲੇਖੇ ਵਿੱਚ ਨਾ ਲਿਆਵੀ ਬਾਬਾ ਨਾਨਕ ਜੀ, ਜਿਨ ਕੋ ਕਿਰਪਾ ਕਰੀ ਜਗ ਜੀਵਨ ਹਾਰੇ ਔਰ ਧਾਰਿਓ ਮਨ ਮਾਜਾ, ਧਰਮ ਰਾਏ ਦਰ ਕਾਗਦ ਫਰ ਜਨ ਨਾਨਕ ਲੇਖਾ ਸਮਝਾ, ਲਿਆਵੀ ਬਾਬਾ ਨਾਨਕ ਜੀ, ਲੇਖੇ ਵਿੱਚ ਨਾ ਲਿਆਵੀ ਬਾਬਾ ਨਾਨਕ ਜੀ, ਬਖਸ਼ਿਸ਼ ਦੇ ਕੇ ਪਾਰ ਲੰਘਾਈ ਬਾਬਾ ਨਾਨਕ ਜੀ, ਬਖਸ਼ਿਸ਼ ਦੇ ਕੇ ਪਾਰ ਲੰਘਾਈ ਬਾਬਾ, ਬੋਲੋ ਭੈਣੋ, ਬਖਸ਼ਿਸ਼ ਦੇ ਕੇ, ਬਖਸ਼ਿਸ਼ ਦੇ ਕੇ, ਗੱਜ ਕੇ ਆਖੋ ਸਤਨਾਮ। ਉਹ ਰਾਈਟਰ ਨੇ ਬੜਾ ਕਹਿੰਦਾ ਹਾਂਜੀ 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 ਸੱਚ ਹੈ, ਸ਼ਿਕਾਇਤ ਲਾਉਣ ਵਾਲੇ ਹੋ, ਸੱਚ ਕਹਿ ਰਹੇ ਹੋ, ਉਹ ਲੇਖੇ ਪੜ੍ਹਨ ਆਇਆ ਹੀ ਨਹੀਂ ਸੀ, ਲੇਖੇ ਕਰਨ ਆਇਆ ਨਹੀਂ, ਉਹਦੇ ਲੇਖੇ ਪਾੜਨ ਆਏ ਹੋ। ਆਖੋ ਸਤਨਾਮ। ਅਤੇ ਸੰਗਤ ਜੀ, ਜਦੋਂ ਉਹਨਾਂ ਦੇ ਕਹਿਣ ਦਾ ਢੰਗ ਵੀ ਤੂੰ ਹੁਣ ਨਾਂ ਚੇਂਜ ਕਰਨਾ ਪੈਣਾ, ਦੌਲਤ ਖਾਂ ਤੂੰ ਕੰਗਾਲ ਖਾਂ, ਉਹ ਗੱਲ ਵੱਜੀ, ਆਰਡਰ ਕੱਢ ਤੇ ਕਰੋ ਸਾਹਿਬ, ਤਿੰਨ ਵਾਰੀ ਸਾਹਿਬ ਹੋਇਆ ਮੋਦੀ ਖਾਨੇ, ਤਿੰਨ ਵਾਰੀ, ਅਤੇ ਤਵਾਰੀ ਖਾਲਸਾ 'ਚ ਲਿਖਿਆ 135 ਰੁਪਏ ਵਧੇ। ਆਖੋ ਸਤਨਾਮ। ਅਤੇ ਕੁਝ ਹੋਰ ਕਿਤਾਬਾਂ 'ਚ ਲਿਖਿਆ ਇਸ ਤੋਂ ਜ਼ਿਆਦਾ ਵਧੇ, ਕੁਝ ਸਮਝ ਲਓ। ਭਾਈਆ ਜੈਰਾਮ ਚਿੰਤਾ ਸੀ, ਲਵਾਇਆ ਉਹਨਾਂ ਨੇ ਸੀ, ਉਹ ਚਿੰਤਾ ਸੀ ਵੀ ਬਣੇਗਾ ਕੀ। ਅਤੇ ਬੇਬੇ ਨਾਨਕ ਹੀ ਕਹਿੰਦੇ ਸੀ, ਕਹਿੰਦੇ ਜੇ ਗੁਰੂ ਨਾਨਕ ਨੇ ਵੰਡਿਆ ਅਤੇ ਦੂਜਿਆਂ ਨੂੰ ਵੰਡਿਆ, ਆਪਣਾ ਘਰ ਨਹੀਂ ਭਰਿਆ, ਜਿੱਥੇ ਦੂਜਿਆਂ ਨੂੰ ਵੰਡਿਆ ਹੋਵੇ ਉੱਥੇ ਘਟਦਾ ਨਹੀਂ। ਕਹਿ ਦਿਓ ਗੱਜ ਕੇ ਸਤਨਾਮ। ਉੱਥੇ ਘਟਦਾ ਇਹ ਜਦੋਂ ਜਾਓਗੇ, ਇਹ ਕਹਿ ਦਰਸ਼ਨ ਕਰ ਦਿਓ ਗੁਰੂ ਗੁਰਦੁਆਰਾ ਹੱਟ ਸਾਹਿਬ, ਜਿੱਥੋਂ ਆਵਾਜ਼ ਆਏਗੀ ਰੱਜ ਵਿਖਾ, ਗੁਰੂ ਨਾਨਕ ਵਰਤੇਗਾ। ਅਤੇ ਜਿੱਥੇ ਲਿਖਾ ਹੋਇਆ ਨਾ ਜੀ, ਅਤੇ ਗੁਰੂ ਨਾਨਕ ਸਾਹਿਬ ਨੂੰ ਕੁਝ ਰਾਈਟਰਾਂ ਨੇ ਘੱਟ ਸਮਾਂ ਲਿਖਿਆ, ਕੁਝ ਨੇ ਤਿੰਨ ਦਿਨ ਤਿੰਨ ਰਾਤਾਂ ਕੋਠੜੀ 'ਚ ਬੰਦ ਰੱਖਿਆ। ਆਖੋ ਸਤਨਾਮ। ਉਹਦਾ ਨਾਂ ਹੈ ਗੁਰਦੁਆਰਾ ਕੋਠੜੀ ਸਾਹਿਬ, ਤੁਸੀਂ ਆਪੇ ਸੋਚ ਲਓ ਕਿਸ ਖਿਆਲ ਨਾਲ ਰੱਖਿਆ ਹੋਏਗਾ। ਜੇ
ਅੰਦਰ ਘਟ ਗਿਆ ਸਮਾਨ ਚਲੇ ਨਾ ਜਾਣ ਤਿੰਨ ਦਿਨ ਤਿੰਨ ਰਾਤਾਂ ਹੁਣ ਮੇਰੇ ਕੋਲ ਲਫਜ਼ ਨਹੀਂ ਮੈਂ ਬੋਲ ਸਕਦਾ ਨਾ ਤੁਸੀਂ ਸੁਣ ਸਕਦੇ ਹੋ ਨਜ਼ਰ ਬੰਦ ਆਖੋ ਸਤਨਾਮ ਨਜ਼ਰ ਬੰਦ ਉੱਥੇ ਗੁਰਦੁਆਰਾ ਕੋਠੜੀ ਸਾਹਿਬ ਉਹ ਕੀ ਆਵਾਜ਼ ਦੇ ਰਿਹਾ ਹਰ ਗੁਰਦੁਆਰੇ ਦੀ ਆਵਾਜ਼ ਲੈ ਕੇ ਆਇਓ ਉਹ ਕੀ ਆਵਾਜ਼ ਦੇ ਰਿਹਾ ਜਦੋਂ ਕੋਈ ਬੰਦਾ ਦੂਜਿਆਂ ਦੇ ਹਿੱਤ ਵਿੱਚ ਕੰਮ ਕਰਦਾ ਹੈ ਉਹ ਕਦੀ ਘਟਣ ਨਹੀਂ ਦਿੰਦਾ ਕਹਿ ਦਿਓ ਗੱਜ ਕੇ ਸਤਨਾਮ ਉਹ ਜਦੋਂ ਤਿੰਨ ਵਾਰੀ ਲੇਖਾ ਕੀਤਾ ਤਿੰਨੇ ਵਾਰੀ ਕੰਮ ਮੁਨਾਫੇ 'ਚ ਗਿਆ ਅਤੇ ਦੌਲਤ ਖਾਂ ਹੁਣ ਦੌਲਤ ਖਾਂ ਨਹੀਂ ਰਿਹਾ ਉਹ ਵੀ ਗੁਰੂ ਨਾਨਕ ਦਾ ਸੇਵਾਦਾਰ ਬਣ ਗਿਆ ਕਹਿ ਦਿਓ ਗੱਜ ਕੇ ਸਤਨਾਮ ਉਹ ਵੀ ਸੇਵਾ ਅਤੇ ਇਸੇ ਤਰ੍ਹਾਂ ਗੁਰਦੁਆਰਾ ਸਿਹਰਾ ਸਾਹਿਬ ਹੈ ਉਹਦਾ ਪਹਿਲਾ ਨਾਂ ਸੀ ਗੁਰੂ ਨਾਨਕ ਧਰਮਸ਼ਾਲਾ ਅਤੇ ਜਦੋਂ ਛੇਵੇਂ ਪਾਤਸ਼ਾਹ ਦਾ ਉੱਥੋਂ ਸਿਹਰਾ ਬੰਨਿਆ ਜਦੋਂ ਬਰਾਤ ਲਈ ਮਾਤਾ ਦਮੋਦਰੀ ਜੀ ਉਹ ਫਿਰ ਗੁਰਦੁਆਰੇ ਦਾ ਨਾਂ ਸਿਹਰਾ ਸਾਹਿਬ ਪਿਆ ਅਤੇ ਜਿਹੜਾ ਪਹਿਲਾ ਨਾਂ ਸੀ ਧਰਮਸਾ ਗੁਰੂ ਨਾਨਕ ਧਰਮਸਾਲ ਉਹ ਸੁਣ ਲਓ ਬੜਾ ਵੱਡਾ ਇਤਿਹਾਸ ਹੈ ਉਹਦਾ ਉਹ ਕਿਉਂ ਪਿਆ ਉੱਥੇ ਗੁਰੂ ਨਾਨਕ ਸਾਹਿਬ ਮੋਦੀਖਾਨੇ ਤੋਂ ਵਿਹਲੇ ਹੋ ਕੇ ਸਵੇਰੇ ਅਤੇ ਸ਼ਾਮ ਸੰਗਤ ਕਰਦੇ ਸੀ ਆਖੋ ਸਤਨਾਮ ਇਤਨਾ ਸੰਗਤ ਜੁੜਦੀ ਸੀ ਉਹ ਗੁਰਦੁਆਰਾ ਕੀ ਮੈਸੇਜ ਦਿੰਦਾ ਕਿ ਜਿੰਨੀ ਮਰਜ਼ੀ ਅਵਸਥਾ 'ਤੇ ਪਹੁੰਚ ਜਾ ਪਰ ਸੰਗਤ ਨਾ ਛੱਡੀ ਕਹਿ ਦਿਓ ਗੱਜ ਕੇ ਸਤਿ ਵਾਹਿਗੁਰੂ ਜੀ ਗੁਰਦੁਆਰਾ ਸਿਹਰਾ ਸਾਹਿਬ ਹੁਣ ਪਹਿਲਾ ਨਾਂ ਸੀ ਗੁਰੂ ਨਾਨਕ ਧਰਮਸ਼ਾਲਾ ਉੱਥੇ ਮਹਾਰਾਜ ਦੋ ਵੇਲੇ ਸਤਸੰਗ ਨਾਲ ਰੱਖਿਆ ਨਾਲ ਰੱਖਿਆ ਤੋ ਜਿੰਨੇ ਵੀ ਮਾਈ ਭਾਈ ਬੈਠੇ ਹੋ ਇਹ 12ਵੇਂ ਸਾਲਾਨਾ ਸਮਾਗਮ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਸਤਿਗੁਰੂ ਸਾਰੇ ਜਥੇ ਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਸੰਗਤਾਂ ਹੋਰ ਨਾਮ ਬਾਣੀ ਨਾਲ ਜੁੜਨ ਅੱਜ ਆਪਾਂ ਜਮਨਾ ਪਾਰ ਦਿੱਲੀ ਬੈਠੇ ਬੈਠੇ ਸੁਲਤਾਨਪੁਰ ਲੋਧੀ ਦੀ ਯਾਤਰਾ ਜਿੰਨੀ ਕੁ ਗੁਰੂ ਨੇ ਕਰਾਈ ਜ਼ਰੂਰ ਜਾਇਓ ਉੱਥੋਂ ਦੀ ਐਨਰਜੀ ਉੱਥੋਂ ਦੀ ਵਾਈਬ੍ਰੇਸ਼ਨ ਉੱਥੋਂ ਦੇ ਬੇਬੇ ਨਾਨਕੀ ਦੇ ਵਿਹੜੇ ਉੱਥੋਂ ਦੇ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਝੋਲੀਆਂ ਭਰ ਕੇ ਆਇਓ ਆਪ ਜੀ ਨੂੰ ਜੀ ਆਇਆਂ ਨੂੰ ਕੋਈ ਵਾਂਝਾ ਨਾ ਰਹੇ ਇੱਕ ਵਾਰੀ ਸਾਰੇ ਪੜ੍ਹ ਲਓ ਜੀ ਸਾ ਧਰਤੀ ਪਈ ਧਰਤੀ ਪਈ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ ਬੋਲੇ ਸੋਨੇ ਚਿਪ ਹੈ ਜੀ ਇਹ ਜਾਪ ਚਾਰ ਵਾਰੀ ਵਾਹਿਗੁਰੂ ਦੋ ਵਾਰੀ ਧੰਨ ਗੁਰੂ ਨਾਨਕ ਇਹ ਜਾਪ ਹੈ ਇਹ 550 ਸਾਲਾਂ ਲਈ ਬਣਾਇਆ ਤੁਸੀਂ ਸਿਰਫ
ਕਰੰਟ ਦੇਣਾ ਬਸ ਸ਼ੁਰੂ ਰਾਹੀਂ। ਇੱਧਰੋਂ ਆਵਾਜ਼ ਵੱਧ ਘੱਟ ਕਰ ਸਕਦੇ ਹੋ, ਤੁਸੀਂ ਚਾਹੋ 4 ਘੰਟੇ ਚਲਾਉਣਾ 6, ਇਹੋ ਜਾਪ ਵਾਰ ਵਾਰ ਚੱਲੀ ਜਾਏਗਾ, ਚਾਹੋ 24 ਘੰਟੇ। ਰਸੋਈਆਂ 'ਚ ਬੀਬੀਆਂ ਨੇ ਬਹੁਤ ਲਾਈ ਆ ਵੀ ਨਾਲੇ ਅੰਨ ਪਵਿੱਤਰ, ਨਾਲੇ ਮਨ ਪਵਿੱਤਰ, ਨਾਲੇ ਕੰਨ ਪਵਿੱਤਰ। ਇਹ ਇੱਕ ਬਟਨ ਹੈ ਕਾਲਾ, ਇਹਨੂੰ ਇੱਕ ਵਾਰੀ ਨੱਪੋਗੇ ਦੂਜਾ ਜਾਪ ਲੱਗ ਜਾਏਗਾ ਇੱਕ ਓਂਕਾਰ ਤੋਂ ਨਾਨਕ ਉਸੀ ਵੀ ਸੱਚ, ਫਿਰ ਨੱਪੋਗੇ ਤੀਜਾ ਲੱਗ ਜਾਏਗਾ ਨਰੋਲ ਵਾਹਿਗੁਰੂ। 3 ਜਾਪ ਨੇ ਜ਼ਿਆਦਾ ਇਹਦੇ ਕਰਕੇ ਬਣਾਈ, 4 ਵਾਰੀ ਵਾਹਿਗੁਰੂ, 2 ਵਾਰੀ ਧੰਨ ਗੁਰੂ ਨਾਨਕ ਦੇਵ ਜੀ। ਇਹ 12 ਸਟਾਰ ਲੱਗਾ ਨਾਲ ਪੈਨ ਡਰਾਈਵ MP3। ਇਹ ਸੰਗਤਾਂ ਚਾਹੁਣ 550 ਸਾਲਾ ਇਹੋ ਜਿਹਾ ਕਿ ਸਾਡੇ ਘਰ ਸਾਰਾ ਦਿਨ ਵਾਹਿਗੁਰੂ ਗੁਰੂ ਨਾਨਕ ਏ, ਗੁਰੂ ਨਾਨਕ ਵਾਹਿਗੁਰੂ ਏ, ਇਸ ਭਾਵਨਾ ਨਾਲ ਨਾਂ ਗੂੰਜਦਾ ਰਹੇ, ਆਖੋ ਸਤਨਾਮ। ਅਤੇ ਇੱਕ ਸਾਰਿਆਂ ਦੀ ਸੇਵਾ ਧੰਨ ਨੇ, ਪਰ ਭੋਗਲ ਜੀ ਹਰਜਿੰਦਰ ਸਿੰਘ ਭੋਗਲ ਜੀ ਅਤੇ ਨਵਨੀਤ ਕੌਰ, ਇਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਹਰ ਪਾਸੇ ਤੋਂ ਇਹ ਸਾਰੇ ਪ੍ਰੋਗਰਾਮਾਂ ਵਿੱਚ ਸਾਰਾ ਸਹਿਯੋਗ ਬਖਸ਼ਿਆ। ਇੱਕ ਆਹ ਵੀ ਵਧਾਈ ਹੈ ਤੁਹਾਨੂੰ, ਜਿਹੜਾ ਇਹ ਬੱਚੇ ਨੇ ਮੈਨੂੰ ਰੁੱਕਾ ਦਿੱਤਾ ਕਿ ਜਿਹੜਾ ਮੈਂ ਬੱਚਿਆਂ ਦਾ ਬੋਲਿਆ ਆਪ ਜੀ ਨੂੰ, ਜਿਨ੍ਹਾਂ ਨੇ ਮੂਲ ਮੰਤਰ ਜਾਪ ਬੱਚਿਆਂ ਨੇ ਹਾਜ਼ਰੀ ਲਾਈ, 46 ਲੱਖ ਮੂਲ ਮੰਤਰ ਜਾਪ, ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ 550 ਸਾਲਾ ਸ਼ਤਾਬਦੀ। ਸਹਿਜ ਪਾਠਾਂ ਦੀ ਪ੍ਰੇਰਨਾ ਦਿੱਤੀ ਸੀ, 22 ਸਹਿਜ ਪਾਠ ਪਿਤਾ ਜੀ ਨੇ ਹਾਜ਼ਰੀ ਲਵਾਈ, 1151 ਸੁਖਮਨੀ ਸਾਹਿਬ, 12250 ਜਪਜੀ ਸਾਹਿਬ। ਇੱਕ ਜਕਾਰਾ ਸ਼ੁਕਰਾਨੇ ਦਾ ਦੇ ਦਿਓ, ਲਿਟਲ ਭਾਜੀ ਦਾ, ਇੱਥੋਂ ਦੇ ਸਾਰੇ ਪ੍ਰਬੰਧਕਾਂ ਵੱਲੋਂ, ਸਿਮਰਵੀਰ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ, ਜਿਨ੍ਹਾਂ ਨੇ ਆਪਣੇ ਕੀਰਤਨ ਤੋਂ ਇਲਾਵਾ ਪੂਰਾ ਸਟੇਜ ਵੀ ਸੰਭਾਲੀ ਅਤੇ ਸਹਿਯੋਗ ਬਖਸ਼ਿਆ। ਕਵਲਜੀਤ ਸਿੰਘ ਜੀ ਕਾਲਕਾ ਜੀ ਤੋਂ, ਉਹਨਾਂ ਦਾ ਵੀ ਧੰਨਵਾਦ ਸ਼ੁਕਰਾਨਾ, ਜਿਨ੍ਹਾਂ ਨੇ ਸਾਰੀ ਤਰੀਕ ਦੀ ਸੈਟਿੰਗ ਸਤਿਗੁਰਾਂ ਦੀ ਕਿਰਪਾ ਦੇ ਨਾਲ ਕੀਤੀ।